ਜੇ ਕੋਈ ਸਾਡੀ ਕਮਿਊਨਿਟੀ ਚ ਕੋਈ ਕਿਸ ਨੇ ਚੰਗੀ ਗੱਲ ਕੀਤੀ ਫੇਰ ਤਾਂ ਜੀ ਅਸੀਂ ਬੱਲੇ ਬੱਲੇ ਬਹੁਤ ਆਪੇ ਤੋਂ ਬਾਹਰ ਹੋ ਕੇ ਕਰਦੇ ਕਿਵਰ ਓਵਰ ਕਰਦੇ ਆ ਜਿਵੇਂ ਅਸੀਂ ਕੁਝ ਚੰਨ ਤੇ ਪਹੁੰਚ ਗਏ ਹੋਈਏ ਤੇ ਜੇ ਹੁਣ ਕੋਈ ਗਲਤ ਕੱਲ ਹੋਈ ਹੈ ਤੇ ਕਈ ਸੰਕੀ ਆਦਮੀ ਇਹ ਕਹਿੰਦੇ ਨੇ ਜੀ ਇਹਦੀ ਗੱਲ ਨਾ ਕਰੋ ਜੇ ਸਾਡਾ ਕੰਮ ਇਹ ਥੋੜਾ ਵੀ ਅਸੀਂ ਹੁਣ ਸਿਲੇਕਟਿਵਲੀ ਗੱਲਾਂ ਕਰੀਏ ਤੇ ਅਸੀਂ ਹੁਣ ਪਰਦਾ ਪਾਈਏ ਕਿ ਜੇ ਕਿਉਂਕਿ ਪੰਜਾਬੀ ਨੇ ਕਿਸੇ ਨੇ ਗਲਤ ਕੰਮ ਕੀਤਾ ਤੇ ਅਸੀਂ ਉਹਨੂੰ ਛੁਪਾਈਏ ਇਹ ਥੋੜਾ ਸਾਡਾ ਕੰਮ ਹੈ ਆਪਾਂ ਵੀ ਹੁਣ ਜਿਵੇਂ ਖਬਰਾਂ ਦਿੰਦੇ ਆ ਜਾਂ ਗੱਲਬਾਤ ਕਰਦੇ ਆ ਤਾਂ نیچے ਕਮੈਂਟਸ ਵੀ ਸਭ ਤੋਂ ਪਹਿਲਾਂ ਇਹੀ ਆਉਂਦਾ ਕਿ ਜਦੋਂ ਵੀ ਕੋਈ ਬੁਰੀ ਗੱਲ ਹੁੰਦੀ ਆ ਮੀਡੀਆ ਬਹੁਤ ਛੇਤੀ ਉਸ ਚੀਜ਼ ਨੂੰ ਹਾਈਲਾਈਟ ਕਰਦਾ ਇਹਨਾਂ ਨੂੰ ਸਿਰਫ ਪੰਜਾਬੀ ਹੀ ਦਿਖਦਿਆ ਬੁਰਾ ਕੰਮ ਕਰਦੇ ਹੋਏ ਨਹੀਂ ਇਹ ਤਾਂ ਐਵੇਂ ਮਤਲਬ ਬੇਵਕੂਫ ਲੋਕਾਂ ਦੇ ਕਮੈਂਟ ਯੂਐਸ ਕੈਨੇਡਾ ਬਾਰਡਰ ਤੇ ਪੁੱਛ ਕੇ ਦੇਖ ਲੋ ਵੀ ਉਹ ਕਿੰਨਾ ਟਰੱਕਾਂ ਵਾਲਿਆਂ ਤੇ ਸ਼ੱਕ ਕਰਦੇ ਨੇ ਜਿਹੜੀ ਹੁਣ ਰਿਐਲਿਟੀ ਹੈ ਉਹ ਤਾਂ ਰਿਐਲਿਟੀ ਆ ਜਿਹੜੇ ਪੁਰਾਣੇ ਸੀ ਸਾਡੇ ਨਾਲ ਪਬ ਬਿਚਾਰੇ ਕਮਾਂਜ ਫਸੇ ਰਹਿੰਦੇ ਸੀ ਫੈਕਟਰੀਆਂ ਦੀਆਂ ਜੌਬਾਂ ਕੱਢਦੇ ਸੀ ਉਹਨਾਂ ਕੋਲ ਟਾਈਮ ਹੀ ਹੈ ਨਹੀਂ ਇਹ ਜੱਦੇ ਸਟੂਡੈਂਟ ਆਏ ਨੇ ਇਹਨਾਂ ਨੇ ਜਿਹੜੀਆਂ ਪਬਲਿਕ ਸਪੇਸਸ ਨੇ ਉੱਥੇ ਇਹਨਾਂ ਦੀ ਇਹ ਵਿਜੀਬਲ ਬਹੁਤ ਨੇ ਪਲਾਜ਼ੀਆਂ 'ਚ ਘੁੰਮਦੇ ਰਹਿੰਦੇ ਨੇ ਸਾਰਾ ਦਿਨ ਜਿਹੜੇ ਹੋਰ ਨੇੜੇ ਤਰੇੜੇ ਦੇ ਟੂਰਿਸਟ ਸਪੌਟ ਨੇ ਹੁਣ ਟੋਰਾਂਟੋ ਡਾਊਨਟਾਊਨ ਜਿਹੜਾ ਡੰਡਾਸ ਐਂਡ ਯੰਗ ਸਕੁਏਅਰ ਹੈ ਉੱਥੇ ਜਾ ਕੇ ਇਹ ਜਲੂਸ ਕੱਢਦੇ ਨੇ ਜੋ ਸ਼ਾਮ ਨੂੰ ਤਾਂ ਤੁਸੀਂ ਆਪਣੀ ਕਮਿਊਨਿਟੀ ਦਾ ਇਮੇਜ ਖਰਾਬ ਕਰਦੇ ਹੋ ਆਲੇ ਦੁਆਲੇ ਟੂਰਿਸਟ ਥਾਵਾਂ ਨੇ ਦੇਖ ਲਓ ਤੁਸੀਂ ਨਾਗਰਾ ਫਾਲ ਦੇਖ ਲਓ ਹੋਰ ਨੇੜੇ ਤਰੇੜੇ ਹੋਰ ਥ ਹੁਣ ਫੈਮਿਲੀ ਵਾਲਾ ਬੰਦਾ ਉੱਥੇ ਜਾਣੋਂ ਝਿਜਕਦਾ ਇਹਨਾਂ ਲਾਇਸੈਂਸ ਪਲੇਟਾਂ ਨੂੰ ਦੇਖ ਕੇ ਕਿਸੇ ਬੰਦੇ ਨੇ ਕਿਸੇ ਕਮਿਊਨਿਟੀ ਦੇ ਕਲਚਰ ਦਾ ਅੰਦਾਜ਼ਾ ਲਾਉਣਾ ਹੋਇਆ ਤੇ ਕੀ ਲੱਗੇਗਾ ਵੀ ਸਾਡੀ ਕਮਿਊਨਿਟੀ ਕੀ ਆ ਕ੍ਰਾਈਮਨਲ ਤੇ ਇਹ ਜਿਹੜਾ ਯੂਨੀਵਰਸਿਟੀਜ਼ ਦਾ ਮੈਟਰ ਹੋਇਆ ਸੀ ਉਦੋਂ ਵੀ ਕਿਹਾ ਗਿਆ ਸੀ ਕਿ ਇੱਕ ਕਮਿਊਨਿਟੀ ਖਾਸ ਤੌਰ ਤੇ ਸਾਡੀ ਕਮਿਊਨਿਟੀ ਨੂੰ ਨਿਸ਼ਾਨਾ ਬਣਾ ਕੇ ਵੀ ਉਹਨਾਂ ਨੂੰ ਜਾਣ ਬੁੱਝ ਕੇ ਫੇਲ ਕੀਤਾ ਗਿਆ ਤੇ ਇੱਕ ਵਾਰ ਫਿਰ ਤੋਂ ਨਹੀਂ ਕਈ ਵਾਰ ਅਸੀਂ ਐਵੇਂ ਇਹ ਤਾਂ ਅੰਦ ਗੱਲ ਨਾ ਜਿਵੇਂ ਕਹਿੰਦਾ ਜਦੋਂ ਜਦੋਂ ਤੁਹਾਡੇ ਤੇ ਗੱਲ ਆਵੇ ਕਈ ਬੰਦਿਆਂ ਨੂੰ ਆਦਤ ਹੁੰਦੀ ਹੈ ਵੀ ਹਰ ਗੱਲ ਨੂੰ ਮਤਲਬ ਰੈਸ਼ੀਅਲ ਐਂਗਲ ਦੇਣ ਦੀ ਕੋਸ਼ਿਸ਼ ਕਰਨੀ ਕਈ ਕਾਸਟ ਐਂਗਲ ਦੇਣ ਦੀ ਕੋਸ਼ਿਸ਼ ਕਰਦੇ ਕਈ ਰਿਲੀਜੀਅਸ ਐਂਗਲ ਦੇਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਆਪਣੀ ਆਪਣੀ ਗਲਤੇ ਪਰਦਾ ਪਾਇਆ ਜਾ ਸਕੇ ਕੈਨੇਡਾ ਤੇ ਜਦੋਂ ਗੱਲ ਆਉਂਦੀ ਹੈ ਤਾਂ ਇਹ ਕਿਹਾ ਜਾਂਦਾ ਕਿ ਖਾਸ ਤੌਰ ਤੇ ਪੰਜਾਬੀਆਂ ਦਾ ਇਹ ਦੂਜਾ ਘਰ ਹੈ ਪਰ ਉੱਥੇ ਹੀ ਇਸ ਘਰ ਦੇ ਵਿੱਚ ਹੁਣ ਪੰਜਾਬੀ ਸੁਣਨ ਦੇ ਵਿੱਚ ਆ ਰਿਹਾ ਕਿ ਬਦਨਾਮ ਵੀ ਕਾਫੀ ਹੋ ਰਹੇ ਨੇ ਸੋਸ਼ਲ ਮੀਡੀਆ ਖੋਲ ਕੇ ਦੇਖ ਲਵੋ ਖਬਰਾਂ ਖੋਲ ਕੇ ਦੇਖ ਰਵੋ ਸੋ ਹਰੇਕ ਦੇ ਵਿੱਚ ਇਸ ਵਕਤ ਪੰਜਾਬੀਆਂ ਦਾ ਨਾਮ ਸਭ ਤੋਂ ਵੱਧ ਅੱਗੇ ਆ ਰਿਹਾ ਕੀ ਵਾਕਈ ਇਹ ਹਕੀਕਤ ਹੈ ਕੀ ਵਾਕਈ ਕੈਨੇਡਾ ਦੇ ਵਿੱਚ ਪੰਜਾਬੀ ਜਿਹੜੇ ਨੇ ਉਹ ਪੁੱਠੇ ਰਾਹ ਤੇ ਪੈਣੇ ਸ਼ੁਰੂ ਹੋ ਚੁੱਕੇ ਨੇ ਜਿਸ ਕਰਕੇ ਬਦਨਾਮੀ ਖੱਟ ਰਹੇ ਨੇ ਅੱਜ ਇਹਦੇ ਬਾਰੇ ਵਿੱਚ ਗੱਲਬਾਤ ਕਰਾਂਗੇ ਕਿ ਜਿੰਨੀਆਂ ਇਸ ਵਕਤ ਇਹ ਗੱਲਾਂ ਉੱਡ ਰਹੀਆਂ ਨੇ ਇਹਨਾਂ ਵਿੱਚ ਕਿੰਨੀ ਕੁ ਸੱਚਾਈ ਹੈ ਸੋ ਮੇਰੇ ਨਾਲ ਸ਼ਮੀਲ ਜੀ ਨੇ ਸ਼ਮੀਲ ਜੀ ਪੰਜਾਬੀ ਕਮਿਊਨਿਟੀ ਤੋਂ ਅਸੀਂ ਵੀ ਬਿਲੋਂਗ ਕਰਦੇ ਆਂ ਤੇ ਪੰਜਾਬੀ ਕਮਿਊਨਿਟੀ ਦੇ ਬਾਰੇ ਵਿੱਚ ਅੱਜ ਅਸੀਂ ਗੱਲਬਾਤ ਕਰਨ ਲੱਗੇ ਆਂ ਪਹਿਲੀ ਤਾਂ ਇਹ ਗੱਲ ਆ ਕਿ ਪੰਜਾਬੀ ਕਮਿਊਨਿਟੀ ਕੈਨੇਡਾ ਵਿੱਚ ਕਾਫੀ ਵੱਡੇ ਲੈਵਲ ਤੇ ਫਸਰੀ ਹੋਈ ਆ ਰਹਿ ਰਹੀ ਆ ਕਿਵੇਂ ਦੇ ਇਸ ਵਕਤ ਪੰਜਾਬੀ ਕਮਿਊਨਿਟੀ ਦੇ ਇੱਥੇ ਹਾਲਾਤ ਹੈਗੇ ਨੇ ਦੇਖੋ ਪਹਿ ਤਾਰੀਫ ਕਰਨੀ ਚਾਹੂੰਗਾ ਹਮ ਹਮ ਕਿਉਂਕਿ ਤੁਸੀਂ ਜਿਵੇਂ ਕਿਹਾ ਤੁਸੀਂ ਵੀ ਪੰਜਾਬੀ ਹੋ ਮੈਂ ਵੀ ਪੰਜਾਬੀ ਹਾਂ ਤੇ ਸਾਡੀ ਕਮਿਊਨਿਟੀ ਦੀ ਸਾਡੀ ਇਹ ਤਾਕਤ ਹੈ ਕਿ ਅਸੀਂ ਆਪਣੀ ਕਮਿਊਨਿਟੀ ਦੀ ਅਤਿ ਲੋਚਨਾ ਵੀ ਕਰ ਸਕਦੇ ਹਾਂ ਉਹਦਾ ਮਜ਼ਾਕ ਵੀ ਉਡਾ ਸਕਦੇ ਹਾਂ ਤੇ ਜੇ ਉਹਦੀ ਕਿਸੇ ਗੱਲ 'ਚ ਬਦਨਾਮੀ ਹੁੰਦੀ ਹੈ ਅਸੀਂ ਉਹ ਵੀ ਗੱਲ ਕਰ ਸਕਦੇ ਹਾਂ ਅਸੀਂ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਨਹੀਂ ਕਰਦੇ ਇਹ ਸਾਡੀ ਤਾਕਤ ਹੈ ਹਮ ਹਮ ਔਰ ਮੈਂ ਸਮਝਦਾ ਕਿ ਜਿਹੜੀ ਕਮਿਊਨਿਟੀ ਆਪਣਾ ਆਪਣੀ ਅਲੋਚਨਾ ਆਪ ਕਰ ਸਕਦੀ ਹੈ ਆਪਣੀ ਆਪਣਾ ਮਜ਼ਾਕ ਉਡਾ ਸਕਦੀ ਹੈ ਆਪਣੇ ਅੰਦਰ ਝਾਤ ਮਾਰ ਸਕਦੀ ਹੈ ਉਹ ਕਮਿਊਨਿਟੀ ਅਸਲ ਵਿੱਚ ਤਕੜੀ ਹੁੰਦੀ ਹੈ ਤੇ ਜੇ ਕੋਈ ਮਾੜਾ ਟਾਈਮ ਆਇਆ ਉਹਦੇ ਚੋਂ ਨਿਕਲ ਸਕਦੀ ਹੈ ਹੂੰ ਹੂੰ ਪਹਿਲੀ ਗੱਲ ਤਾਂ ਜੇ ਅੱਜ ਆਪਾਂ ਇਹ ਗੱਲ ਕਰ ਰਹੇ ਆ ਇਹ ਸਾਡੀ ਤਾਕਤ ਹੈ ਕਿ ਸਾਨੂੰ ਆਪਣੀ ਆਪਣੀਆਂ ਨੈਗੇਟਿਵ ਗੱਲਾਂ ਤੇ ਗੱਲ ਕਰਨ ਚ ਕੋਈ ਝਿਜਕ ਨਹੀਂ ਆ ਹੂੰ ਹੂੰ ਤੇ ਦੂਸਰਾ ਜਿੱਥੋਂ ਤੱਕ ਬਦਨਾਮੀ ਦੀ ਗੱਲ ਹਮੈਂ ਵੀ ਸੁਣਿਆ ਅੱਜ ਕੱਲ੍ਹ ਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਯਾਰ ਪੰਜਾਬੀ ਬਦਨਾਮ ਹੋ ਗਏ ਕੈਨੇਡਾ ਚ ਅੱਜ ਇਸ ਤਰ੍ਹਾਂ ਦਾ ਸਾਡਾ ਹਿਸਾਬ ਕਿਤਾਬ ਹੈ ਬਹੁਤ ਸਾਰੇ ਪੁੱਠੇ ਕੰਮ ਅਸੀਂ ਕਰ ਰਹੇ ਆ ਇਹਦੇ ਕਰਕੇ ਕਮਿਊਨਿਟੀ ਬਦਨਾਮ ਹੋ ਗਈ ਅੱਜ ਕੱਲ ਲੋਕ ਇਦਾਂ ਗੱਲਾਂ ਕਰਨ ਲੱਗੇ ਕਿ ਆਪਣੀ ਕਮਿਊਨਿਟੀ ਦਾ ਇਸ ਤਰ੍ਹਾਂ ਦਾ ਇੱਕ ਨੈਗੇਟਿਵ ਇਮੇਜ ਬਣ ਰਿਹਾ ਮੈਂ ਮੰਨਦਾ ਕਿ ਜੇ ਇਦਾਂ ਗੱਲਾਂ ਹੋ ਰਹੀਆਂ ਤੇ ਇਹਦੇ ਵਿੱਚ ਕੁਝ ਸਚਾਈ ਹੋਏਗੀ ਹੂੰ ਹੂੰ ਕਿਉਂਕਿ ਐਵੇਂ ਹਵਾ ਚੋਂ ਤਾਂ ਗੱਲਾਂ ਆਈਆਂ ਨਹੀਂ ਹੂੰ ਕਿਉਂਕਿ ਲਗਾਤਾਰ ਹੌਲੀ ਹੌਲੀ ਪਿਛਲੇ ਟਾਈਮ 'ਚ ਬਹੁਤ ਕੁਝ ਹੋਇਆ ਤੇ ਔਰ ਕੱਲੀ ਇਹ ਵੀ ਗੱਲ ਨਹੀਂ ਸਾਡੀ ਕਮਿਊਨਿਟੀ 'ਚ ਸਾਡੀ ਕਮਿਊਨਿਟੀ ਨੇ ਇੱਕ ਨਾਮ ਵੀ ਬਣਾਇਆ ਆਪਣਾ ਹੂੰ ਹੂੰ ਸਾਡੀ ਕਮਿਊਨਿਟੀ ਦੇ ਜਿਹੜੇ ਸਾਡੇ ਬਜ਼ੁਰਗ ਨੇ ਸਾਡਾ ਹਿਸਟਰੀ ਆ ਅਸੀਂ ਕਿ ਇੱਜ਼ਤ ਵੀ ਕਮਾਈ ਸਾਡੇ ਲੋਕਾਂ ਨੇ ਬਹੁਤ ਮਿਹਨਤਾਂ ਵੀ ਕੀਤੀਆਂ ਪ੍ਰਾਪਤੀਆਂ ਵੀ ਕੀਤੀਆਂ ਗਲੋਬਲੀ ਵੀ ਕੈਨੇਡਾ ਦੇ ਅੰਦਰ ਵੀ ਜਾਂ ਜੇ ਅਸੀਂ ਆਪਣੀ ਹਿਸਟਰੀ 'ਚ ਜਾਈਏ ਅਸੀਂ ਗੁਰੂਆਂ ਦੀ ਜਿਹੜੀ ਵਿਰਾਸਤ ਹੈ ਫਿਰ ਸਾਡੇ ਸੂਫੀਆਂ ਦੀ ਵਿਰਾਸਤ ਹੈ ਫਿਰ ਸਾਡੇ ਫਰੀडम फाइਟਰਸ ਦੀ ਵਿਰਾਸਤ ਹੈ ਫਿਰ ਅਸੀਂ ਜਿਹੜਾ ਇਕਨੋਮਿਕ ਖੇਤਰ 'ਚ ਸਾਡੇ ਬਹੁਤ ਲੋਕਾਂ ਨੇ ਤਰੱਕੀ ਕੀਤੀ ਹੈ ਅਸੀਂ ਸੇਵਾ ਦੇ ਪ੍ਰੋਜੈਕਟ ਸ਼ਾਮਲ ਹੁੰਦੇ ਉਹਦੇ ਕਰਕੇ ਇੱਕ ਨਾਮ ਵੀ ਕਮਾਇਆ ਹੋਇਆ ਹੈ ਨਾ ਪਰ ਇਹ ਹੁਣ ਅਨਫੋਰਚੂਨੇਟਿਟੀ ਰਿਐਲਿਟੀ ਹੈ ਕਿ ਕੈਨੇਡਾ ਚ ਪਿਛਲੇ ਟਾਈਮ ਚ ਹੁਣ 네ਗੇਟਿਵ ਗੱਲਾਂ ਵੀ ਬਹੁਤ ਹੋਣ ਲੱਗੀਆਂ ਔਰ ਉਹ ਗੱਲਾਂ ਜਿਹੜੀਆਂ ਹੋ ਰਹੀਆਂ ਉਹ ਸੱਚਾਈ ਹੈ ਹੁਣ ਕਈ ਮੇਰੀ ਵੀ ਕਈ ਵਾਰ ਗੱਲ ਹੋ ਜਾਂਦੀ ਹੈ ਕਿ ਜੀ ਇਕੱਲਾ ਇਹ 네ਗੇਟਿਵ ਗੱਲਾਂ ਹੀ ਥੋੜਾ ਹੁਣ ਹੁਣ ਇਹ ਬੜੀ ਅਜੀਬ ਆਰਗੂਮੈਂਟ ਹੁੰਦੀ ਹੈ ਕਿ ਜੇ ਜੇ ਕੋਈ ਸਾਡੀ ਕਮਿਊਨਿਟੀ ਚ ਕੋਈ ਕਿਸ ਨੇ ਚੰਗੀ ਗੱਲ ਕੀਤੀ ਫੇਰ ਤਾਂ ਜੀ ਅਸੀਂ ਬੱਲੇ ਬੱਲੇ ਬਹੁਤ ਆਪੇ ਤੋਂ ਬਾਹਰ ਹੋ ਕੇ ਕਰਦੇ ਕਈ ਵਾਰ ਓਵਰ ਕਰਦੇ ਆ ਜਿਵੇਂ ਅਸੀਂ ਕੁਝ ਚੰਨ ਤੇ ਪਹੁੰਚ ਗਏ ਹੋਈਏ ਤੇ ਜੇ ਹੁਣ ਕੋਈ ਗਲਤ ਕੱਲ ਹੋਈ ਹੈ ਤੇ ਕਈ ਸੰਕੀ ਆਦਮੀ ਇਹ ਕਹਿੰਦੇ ਨੇ ਜੀ ਇਹਦੀ ਗੱਲ ਨਾ ਕਰੋ ਹੁਣ ਮੈਂ ਕਿਹਾ ਜਰਨਲਿਜ਼ਮ ਜਾਂ ਸਾਡਾ ਕੰਮ ਇਹ ਥੋੜਾ ਵੀ ਅਸੀਂ ਹੁਣ ਸਿਲੇਕਟਿਵਲੀ ਗੱਲਾਂ ਕਰੀਏ ਤੇ ਅਸੀਂ ਹੁਣ ਪਰਦਾ ਪਾਈਏ ਕਿ ਜੇ ਕਿਉਂਕਿ ਪੰਜਾਬੀ ਇਹਨੇ ਕਿਸੇ ਨੇ ਗਲਤ ਕੰਮ ਕੀਤਾ ਤੇ ਅਸੀਂ ਉਹਨੂੰ ਛਪਾਈਏ ਇਹ ਥੋੜਾ ਸਾਡਾ ਕੰਮ। ਮੀਡੀਆ ਦੇ ਉੱਤੇ ਨਾ ਇਹ ਸਵਾਲ ਸਭ ਤੋਂ ਪਹਿਲਾਂ ਚੁੱਕਿਆ ਜਾਂਦਾ ਹੈ। ਆਪਾਂ ਵੀ ਹੁਣ ਜਿਵੇਂ ਖਬਰਾਂ ਦਿੰਦੇ ਆਂ ਜਾਂ ਗੱਲਬਾਤ ਕਰਦੇ ਆਂ ਤਾਂ نیچے ਕਮੈਂਟਸ ਵੀ ਸਭ ਤੋਂ ਪਹਿਲਾਂ ਇਹੀ ਆਉਂਦੇ ਆ ਕਿ ਜਦੋਂ ਵੀ ਕੋਈ ਬੁਰੀ ਗੱਲ ਹੁੰਦੀ ਆ ਮੀਡੀਆ ਬਹੁਤ ਛੇਤੀ ਉਸ ਚੀਜ਼ ਨੂੰ ਹਾਈਲਾਈਟ ਕਰਦਾ ਇਹਨਾਂ ਨੂੰ ਸਿਰਫ ਪੰਜਾਬੀ ਹੀ ਦਿਖਦਿਆ ਬੁਰਾ ਕੰਮ ਕਰਦੇ ਹੋਏ। ਨਹੀਂ ਇਹ ਤਾਂ ਐਵੇਂ ਮਤਲਬ ਬੇਵਕੂਫ ਲੋਕਾਂ ਦੇ ਕਮੈਂਟ ਨੇ। ਪਹਿਲੀ ਗੱਲ ਮੀਡੀਆ ਕਿਹੜਾ ਮੀਡੀਆ ਜਿਹੜਾ ਸਿਰਫ ਪੰਜਾਬੀਆਂ ਦੀਆਂ ਖਬਰਾਂ ਇਦਾਂ ਲਾਉਂਦਾ। ਅਸੀਂ ਜਿਹੜਾ ਸਾਡਾ ਪੰਜਾਬੀ মিডিਆ ਅਸੀਂ ਪੰਜਾਬੀਆਂ ਨੇ ਕੁਝ ਚੰਗਾ ਕੀਤਾ ਹੋਊਗਾ ਉਹਨੂੰ ਵੀ ਹਾਈਲਾਈਟ ਵੱਧ ਕਰਾਂਗੇ ਕਿਉਂ ਕਿ ਸਾਡੀ ਆਡੀਅנס ਉਹ ਹੈ ਤੇ ਜੇ ਸਾਡੀ ਕਮਿਊਨਿਟੀ 'ਚ ਕੋਈ ਮਾੜਾ ਕੰਮ ਹੋਇਆ ਉਹ ਵੀ ਵੱਧ ਡਿਸਕਸ ਹੋਊਗਾ ਕਿਉਂਕਿ ਸਾਡੀ ਆਡੀਅנס ਉਹ ਹੈ ਬਿਲਕੁਲ ਕੋਈ ਅਸੀਂ ਇਹ ਥੋੜਾ ਹੁਣ ਜਿਹੜਾ ਜਿਹੜਾ ਪੰਜਾਬੀ মিডিਆ ਉਹਦੇ 'ਚ ਕੁਦਰਤੀ ਹੈ ਕਿ ਉਹਦੇ 'ਚ ਜ਼ਿਆਦਾ ਫੋਕਸ ਤੇ ਪੰਜਾਬੀ ਕਮਿਊਨਿਟੀ ਤੇ ਰਹੇਗਾ ਨਾ ਪੰਜਾਬੀ ਕਮਿਊਨਿਟੀ ਨੇ ਕੁਝ ਚੰਗਾ ਕੀਤਾ ਉਹ ਵੀ ਆਏਗਾ ਜੀ ਕੁਛ ਮਾੜਾ ਹੋਇਆ ਉਹ ਵੀ ਆਏਗਾ ਇਹ ਥੋੜਾ ਹੋਵੇਗਾ ਕਿ ਹੁਣ মিডিਆ ਦਾ ਕੰਮ ਹੈ ਜੀ ਚੰਗੀਆਂ ਗੱਲਾਂ ਤਾਂ ਅਸੀਂ ਕਰੀਏ ਜੇ ਕੋਈ ਅਸੀਂ ਮਾੜਾ ਕੰਮ ਕੀਤਾ ਉਹਦੇ ਅਸੀਂ ਮਿੱਟੀ ਪਾਈਏ ਇਹ ਥੋੜਾ মিডিਆ ਦਾ ਕੰਮ ਹੁੰਦਾ ਪਰ ਮਤਲਬ ਅੱਜਕੱਲ ਜਿਵੇਂ ਦੀਆਂ ਖਬਰਾਂ ਅਸੀਂ ਵੀ ਦੇ ਰਹੇ ਹਾਂ ਉਹਦੇ ਵਿੱਚ ਜ਼ਿਆਦਾਤਰ ਤਾਂ ਮਾੜੇ ਪਾਸੇ ਵੱਲ ਨੂੰ ਹੀ ਜਾਂਦੀਆਂ ਨੇ ਜੇ ਹੁਣ ਮਾੜਾ ਪੱਖ ਹੋ ਰਿਹਾ ਤੇ ਫਿਰ ਇਹਨੂੰ ਚੁਪਾਈਏ ਸੋ ਕੀ ਲੱਗ ਰਿਹਾ ਕਿ ਵਾਕਈ ਇੰਨਾ ਮਾੜਾ ਕੰਮ ਹੋ ਰਿਹਾ ਕਿ ਜਿਹੜਾ ਅੱਜ ਹਰ ਖਬਰ ਦੇ ਵਿੱਚ ਜਦੋਂ ਆਪਾਂ ਵੀ ਖਬਰ ਦੇਖਦੇ ਹਾਂ ਸਭ ਤੋਂ ਪਹਿਲਾਂ ਇਹ ਦੇਖਦੇ ਆ ਵੀ ਨਾਮ ਕੀ ਧਾਰਿਆ ਨਹੀਂ ਬਈ ਇਹ ਝੂਠ ਕੀ ਆ ਹੂੰ ਇਹਦੇ ਵਿੱਚ ਕੋਈ ਨਾ ਤੁਸੀਂ ਵੀ ਰਿਪੋਰਟਰ ਹੋ ਤੁਸੀਂ ਵੀ ਕਵਰ ਕਰਦੇ ਹੋ ਜੇ ਹੁਣ ਮਤਲਬ ਕ੍ਰਾਈਮ ਕੋਈ ਹੋ ਰਿਹਾ ਹੈ ਕਾਰ ਚੋਰੀਆਂ ਹੋ ਰਹੀਆਂ ਨੇ ਕੁਝ ਡਰਗ ਵਾਲੇ ਬੰਦੇ ਫੜੇ ਜਾ ਰਹੇ ਨੇ ਜੇ ਜੇਲ੍ਹਾਂ ਦੇਖ ਲਓ ਯੂਐਸਏ ਦੀਆਂ ਉੱਥੇ ਪੰਜਾਬੀ ਕਿੰਨੇ ਖੋਣਗੇ ਯੂਐਸਏ ਕੈਨੇਡਾ ਬਾਰਡਰ ਤੇ ਪੁੱਛ ਕੇ ਦੇਖ ਲਓ ਵੀ ਉਹ ਕਿੰਨਾ ਟਰੱਕਾਂ ਵਾਲਿਆਂ ਤੇ ਸ਼ੱਕ ਕਰਦੇ ਨੇ ਜਿਹੜੀ ਹੁਣ ਰਿਐਲਿਟੀ ਹੈ ਉਹ ਤੇ ਰਿਐਲਿਟੀ ਆ ਪਰ ਇਸ ਚੀਜ਼ ਨੂੰ ਲੈ ਕੇ ਬਹੁਤ ਹੁੰਦਾ ਹੈ ਕਿ ਇੱਕ ਪਾਸੇ ਨਾ ਇੱਕ ਆਪਣੇ ਆਪ ਜੀ ਇਹ ਮਾਣ ਬੜਾ ਮਹਿਸੂਸ ਕੀਤਾ ਜਾਂਦਾ ਕਿ ਅਸੀਂ ਪੰਜਾਬੀਆਂ ਅਸੀਂ ਬਹੁਤ ਮੱਲਾ ਮਾਰੀਆਂ ਨੇ ਸੋ ਇਹ ਕਨਸੈਪਟ ਨੂੰ ਤੁਸੀਂ ਕਿ ਮੱਲਾ ਮਾਰੀਆਂ ਨੇ ਦੇਖੋ ਮੱਲਾ ਮਾਰੀਆਂ ਹੋਣੀਆਂ ਕਈ ਕੰਮ ਅਸੀਂ ਬਸ ਇਹ ਮੱਲਾ ਮਾਰੀਆਂ ਨੇ ਕੱਲਾ ਦੇਖੋ ਕਈ ਵਾਰ ਤਾਂ ਅਸੀਂ ਥੋੜਾ ਓਵਰ ਵੀ ਕਰਦੇ ਆ ਮੇਰੇ ਹਿਸਾਬ ਨਾਲ ਜੇ ਅਸੀਂ ਗਲੋਬਲੀ ਦੇਖੀਏ ਆਬਜੈਕਟਿਵਲੀ ਦੇਖੀਏ ਦੁਨੀਆ ਚ ਕਿਸੇ ਖੇਤਰ ਜਪਾਨੀਜ਼ ਨੇ ਬਹੁਤ ਤਰੱਕੀ ਕੀਤੀ ਹੋਈ ਹੈ ਉਹਨਾਂ ਦਾ ਨਾਮ ਹੈ ਫਿਰ ਇਕਨੋਮਿਕ ਖੇਤਰ ਚ ਤੁਸੀਂ ਦੇਖ ਲਓ ਅਮਰੀਕਨ ਕਿੱਡੀਆਂ ਵੱਡੀਆਂ ਵੱਡੀਆਂ ਕਾਰਪੋਰੇਸ਼ਨ ਨੇ ਸਾਇੰਸ ਦੇ ਖੇਤਰ ਚ ਖੋਜ ਦੇ ਖੇਤਰ ਚ ਅਮਰੀਕਨਸ ਨੇ ਯੂਰੋਪੀਅਨਸ ਨੇ ਜਿਹੜੇ ਹੈ ਆਪਣੇ ਜੀਜ਼ ਨੇ ਇਜ਼ਰਾਈਲ ਵਾਲਿਆਂ ਨੇ ਚਾਈਨਾ ਵਾਲਿਆਂ ਨੇ ਕਿਤੇ ਕਿਤੇ ਇਵਨ ਇਵਨ ਬਲੈਕ ਕਮਿਊਨਿਟੀ ਬਲੈਕ ਕਮਿਊਨਿਟੀ ਜੇ ਆਪਾਂ ਨਾਰਥ ਅਮਰੀਕਾ 'ਚ ਦੇਖੀਏ ਬੜੇ ਕ੍ਰਾਈਸਿਸ 'ਚ ਸੋਸ਼ਲ ਕ੍ਰਾਈਸਿਸ 'ਚ ਯੂਰ ਅਫਰਿਕਾ ਜਿਹੜਾ ਇਹਨਾਂ ਦਾ ਕੰਟੀਨੈਂਟ ਹੈ ਉਹ ਇਕਨੋਮਿਕਲੀ ਬੜਾ ਸੰਕਟ 'ਚ ਕੋਈ ਬਹੁਤੀ ਚੰਗੀ ਹਾਲਤ ਨਹੀਂ ਪਰ ਆਪਾਂ ਦੇਖੀਏ ਛੋਟੇ-ਛੋਟੇ ਕੰਟਰੀ ਨੇ ਯਾ ਅਮਰੀਕਾ 'ਚ ਹੀ ਦੇਖ ਲਈਏ ਸਪੋਰਟਸ ਦੇਖ ਲਈਏ ਮਿਊਜ਼ਿਕ 'ਚ ਦੇਖ ਲਈਏ ਬਲੈਕ ਕਮਿਊਨਿਟੀ ਗਲੋਬਲੀ ਛਾਈ ਹੋਈ ਹੈ ਸੋ ਹੁਣ ਉੱਥੇ ਅਸੀਂ ਕਿੱਥੇ ਆ? ਮਤਲਬ ਅਸੀਂ ਕੋਈ ਐਨੀ ਵੀ ਅਸੀਂ ਸਾਡੀਆਂ ਪ੍ਰਾਪਤੀਆਂ ਨਹੀਂ ਇੰਡੀਆ ਲੈਵਲ ਦੇ ਉੱਤੇ ਅਸੀਂ ਬਹੁਤ ਸਾਰੇ ਖੇਤਰਾਾਂ 'ਚ ਅੱਗੇ ਆਂ ਜਿਵੇਂ ਇੰਡੀਆ ਲੈਵਲ ਤੇ ਸਪੋਰਟਸ ਦੇ ਵਿੱਚ ਪੰਜਾਬੀ ਆਪਣੀ ਪੋਪੂਲੇਸ਼ਨ ਦੇ ਸ਼ੇਅਰ ਨਾਲੋਂ ਵੱਧ ਅੱਗੇ ਨੇ ਇਸੇ ਤਰ੍ਹਾਂ ਐਂਟਰਟੇਨਮੈਂਟ ਦੇ ਵੱਲ ਚੱਗੇ ਆਂ ਹੈਨਾ ਹੋਰ ਵੀ ਬਹੁਤ ਸਾਰੇ ਖੇਤਰਾਾਂ 'ਚ ਜਦੋਂ ਫਰੀडम ਮੂਵਮੈਂਟ ਸੀ ਅਸੀਂ ਕਿੰਨੇ ਅੱਗੇ ਸੀ ਸੋ ਸਚਾਈ ਇਹਦੇ 'ਚ ਪਰ ਜੇ ਅਸੀਂ ਹੁਣ ਐਦਾਂ ਗੱਲ ਕਰੀਏ ਗਲੋਬਲੀ ਜੇ ਗਲੋਬਲੀ ਕਰੀਏ ਤੇ ਫਿਰ ਤਾਂ ਅਸੀਂ ਕਿਤੇ ਨਹੀਂ ਖੜਦੇ ਸੋ ਮਤਲਬ ਥੋੜਾ ਸਾਨੂੰ ਰੀਅਲਿਸਟਿਕ ਹੋਣਾ ਚਾਹੀਦਾ ਐਉਂ ਨਹੀਂ ਵੀ ਅਸੀਂ ਕੋਈ ਧਰਤੀ ਤੇ ਅਸੀਂ ਆ ਮਤਲਬ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਸਾਤੋਂ ਕਿਤੇ ਅੱਗੇ ਨੇ ਜੇ ਅਸੀਂ ਇਹ ਮੰਨ ਕੇ ਚੱਲੀਏ ਇੰਨੀ ਇੱਕ ਹਿਊਮਿਲਟੀ ਰੱਖੀਏ ਫਿਰ ਜ਼ਿਆਦਾ ਰੀਅਲਿਸਟਿਕ ਗੱਲ ਹੋ ਸਕਦੀ ਆ ਕੈਨੇਡਾ ਦੀ ਜੇ ਆਪਾਂ ਵਾਪਸ ਟੌਪਿਕ ਦੇ ਉੱਤੇ ਗੱਲ ਲਈ ਕੈਨੇਡਾ ਦੀ ਗੱਲ ਕਰੀਏ ਕੈਨੇਡਾ ਦੇ ਵਿੱਚ ਇਸ ਵੇਲੇ ਹਰ ਖੇਤਰ ਦੇ ਵਿੱਚ ਅਸੀਂ ਦੇਖ ਰਹੇ ਆ ਹਰ ਖੇਤਰ ਦੀਆਂ ਹਰ ਖਬਰਾਂ ਦੇ ਵਿੱਚ ਸਾਡਾ ਨਾਮ ਬਹੁਤ ਛਾਇਆ ਹੋਇਆ ਪੰਜਾਬੀ ਕਮਿਊਨਿਟੀ ਦਾ ਨਾਮ ਬਹੁਤ ਛਾਇਆ ਹੋਇਆ ਜੋ ਕਿ ਚੰਗੇ ਕੰਮ ਲਈ ਨਹੀਂ ਛਾਇਆ ਹੋਇਆ ਮਾੜੇ ਕੰਮਾਂ ਲਈ ਜ਼ਿਆਦਾ ਛਾਇਆ ਹੋਇਆ ਇਹਦੇ ਬਾਰੇ ਕੀ ਕਹੋਗੇ ਦੇਖੋ ਹੁਣ ਇਹ ਇੱਕ ਕੌੜੀ ਸਚਾਈ ਹੈ ਹੂੰ ਪਿਛਲੇ ਪਿਛਲੇ ਕਾਫੀ ਸਮੇਂ ਤੋਂ ਹੂੰ ਸਾਲਾਂ ਤੋਂ ਇਹ ਟ੍ਰੈਂਡ ਸ਼ੁਰੂ ਹੋਇਆ ਕਿ ਹੌਲੀ 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 ਜਿਉਂ-ਜਿਉਂ ਸਾਡੀ ਆਬਾਦੀ ਇੱਥੇ ਵਧੀ ਹੂੰ ਅਸੀਂ ਜੀ ਆਰਥਿਕ ਤੌਰ ਤੇ ਤਰੱਕੀ ਕੀਤੀ ਪੋਲਿਟਿਕਸ 'ਚ ਵੀ ਅਸੀਂ ਅੱਗੇ ਆਏ ਹੂੰ ਪ੍ਰਸ਼ੀ ਨਾੜੂ ਨਾਲ ਆਪਣਾ ਇਮੇਜ ਵੀ ਖਰਾਬ ਕੀਤਾ ਜਿਵੇਂ ਬਿਜ਼ਨਸ ਚਲਾ ਲਓ ਟ੍ਰਕਿੰਗ ਅਤੇ ਟੈਕਸੀ ਇਹਦੇ ਚ ਅਸੀਂ ਇੱਕ ਕਿਸਮ ਦਾ ਕਬਜ਼ਾ ਹੀ ਕਰ ਲਿਆ ਪਰ ਨਾਲ ਨਾਲ ਅਸੀਂ ਕੀ ਇਸ ਇਨਡਸਟਰੀ ਨੂੰ ਖਰਾਬ ਨਹੀਂ ਕੀਤਾ ਇਹਦੇ ਚ ਕੋਈ ਹੁਣ ਮੈਨੂੰ ਇੱਥੇ ਡਿਟੇਲਸ ਦੇਣ ਦੀ ਲੋੜ ਨਹੀਂ ਟ੍ਰਕਿੰਗ ਵਾਲੇ ਨੂੰ ਹੀ ਪੁੱਛ ਲਓ ਬਿਲਕੁਲ ਕੀ ਟ੍ਰਕਿੰਗ ਸੈਕਟਰ ਦਾ ਅਸੀਂ ਕੀ ਹਾਲ ਕੀਤਾ ਅੱਛਾ ਫਿਰ ਪੋਲਿਟਿਕਸ ਲੈ ਲਓ ਪੋਲਿਟਿਕ ਚ ਇੱਕ ਪਾਸੇ ਤਾਂ ਸਾਨੂੰ ਦਿਸਦੇ ਨੇ ਸਾਡੇ ਮਨਿਸਟਰ ਬਣੇ ਹੋਏ ਹੂੰ ਸਾਡੇ ਪਾਰਟੀਆਂ ਦੇ ਲੀਡਰ ਬਣੇ ਹੋਏ ਪਰ ਮੈਨੂੰ ਇਹ ਕੌੜੀ ਸਚਾਈ ਯਾਰ ਮੈਂ ਚੈਲੰਜ ਕਰਕੇ ਕਹਿੰਦਾ ਮੈਨੂੰ ਦੱਸੋ ਇਹਨਾਂ ਵਿੱਚ ਕਿਹੜਾ ਬੰਦਾ ਜਿਹਨੇ ਜਾਲੀ ਮੈਂਬਰ ਬਣਾ ਬਣਾ ਕੇ ਨਾਮਿਨੇਸ਼ਨਾਂ ਨੇ ਜਿੱਤੀਆਂ ਹੋਈਆਂ ਹਮਮ ਇੱਕ ਵੀ ਚੈਲੰਜ ਕਰਕੇ ਐਕਸੈਪਟ ਕਰ ਲਵੇ ਇਹ ਚੈਲ ਚੈਲੰਜ ਅਸੀਂ ਨਾਮਿਨੇਸ਼ਨ ਦਾ ਪ੍ਰੋਸੈਸ ਖਰਾਬ ਕੀਤਾ ਅਸੀਂ ਜਿਹੜਾ ਪਾਰਟੀਆਂ ਦਾ ਨਾਮਿਨੇਸ਼ਨ ਦਾ ਸਿਸਟਮ ਸੀ ਬਾਹਰ ਦੂਰ ਬੈਠੇ ਬੰਦੇ ਨੂੰ ਤਾਂ ਪਤਾ ਨਹੀਂ ਲੱਗਦਾ ਉਹ ਕਿਵੇਂ ਆ ਅਸੀਂ ਪਾਰਟੀਆਂ ਦਾ ਨਾਮਿਨੇਸ਼ਨ ਸਿਸਟਮ ਹਾਈਜੈਕ ਕਰਕੇ ਉਹਨੂੰ ਕਰਾਪਟ ਕਰਕੇ ਪੋਲਿਟਿਕਸ ਕਾਮਯਾਬ ਹੋਏ ਹੋਇਆ ਹੂੰ ਹੂੰ ਜੇ ਨਹੀਂ ਸੱਚ ਤੇ ਕੋਈ ਵੀ ਬੰਦਾ ਮੈ ਚੈਲੰਜ ਕਰਕੇ ਕਹਿੰਦਾ ਕਹਿ ਦੇਵੇ ਜੇ ਨਹੀਂ ਕੀਤਾ ਸੀ ਪਰਜ ਨਾਮ ਦੇ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਕਾਫੀ ਕਮਿਊਨਿਟੀ ਵਾਲੀਆਂ ਜੱਜ ਜੀਟੀਏ ਦੇ ਵਿੱਚ ਗੱਲ ਕਰੀਆ ਉਹਨਾਂ ਨੂੰ ਤਾਂ ਸਭ ਨੇ ਵੋਟਾਂ ਪਾਈਆਂ ਨੇ ਨਹੀਂ ਨਹੀਂ ਤੁਸੀਂ ਗੱਲ ਨਹੀਂ ਸਮਝ ਰਹੇ ਜਦੋਂ ਨੋਮੀਨੇਸ਼ਨ ਹੁੰਦਾ ਕਿ ਪਾਰ ਪਾਵਰਟੀ ਪਾਰ ਪੋਲਿਟਿਕਸ ਐਂਟਰ ਕਿਵੇਂ ਕਰਦੇ ਨੇ ਜਦੋਂ ਪਾਰਟੀ ਦੀ ਨੋਮੀਨੇਸ਼ਨ ਜਿੱਤਦੇ ਆ ਟਿਕਟ ਹੂੰ ਜਿਹਨੂੰ ਆਪਾਂ ਇੰਡੀਆ 'ਚ ਕਹਿੰਦੇ ਟਿਕਟ ਮਿਲ ਗਈ ਇਥੇ ਨਾਮਿਨੇਸ਼ਨ ਜਦੋਂ ਪਾਰਟੀ ਉਹ ਨਾਮਿਨੇਸ਼ਨ ਕਿਵੇਂ ਹੁੰਦੀ ਹੈ ਝਾਲੀ ਮੈਂਬਰ ਬਣਾ ਕੇ ਹਮ ਹੂੰ ਸੋ ਸੋ ਕਹਿੰਦਾ ਮਤਲਬ ਹੈ ਵੀ ਅਸੀਂ ਪਾਰਟੀਆਂ ਦਾ ਨਾਮਿਨੇਸ਼ਨ ਦਾ ਸਿਸਟਮ ਖਰਾਬ ਕਰਤਾ ਹਮ ਇੱਕ ਪਾਸੇ ਅਸੀਂ ਪ੍ਰਾਪਤੀ ਵੀ ਕੀਤੀ ਨਾਲ ਨਾਲ ਅਸੀਂ ਇੱਕ ਗਲਤ ਕੰਮ ਵੀ ਕੀਤਾ ਇਸੇ ਤਰ੍ਹਾਂ ਤੁਸੀਂ ਫਿਰ ਹੋਰ ਕੋਈ ਸੈਕਟਰ ਲੈ ਲਓ ਟਰੱਕਿੰਗ ਦੀ ਮੈਂ ਗੱਲ ਕੀਤੀ ਟੈਕਸੀ ਇਹ ਦੋ ਬਿਜ਼ਨਸ ਇਹਦੇ ਵਿੱਚ ਅਸੀਂ ਪ੍ਰਾਪਤੀਆਂ ਵੀ ਕੀਤੀਆਂ ਇੰਨੇ ਗਲਤ ਕੰਮ ਵੀ ਕੀਤੇ ਫਿਰ ਅਸੀਂ ਡਰੱਗ ਚ ਅਗਿਆ ਹਮ ਠੀਕ ਹੈ ਤੇ ਹੁਣ ਇਹ ਜਿਹੜੇ ਜਾਂਦੇ ਨੇ ਬਾਰਡਰ ਕ੍ਰੋਸ ਕਰਦੇ ਨੇ ਉਹਨਾਂ ਨੂੰ ਪੁੱਛ ਕੇ ਦੇਖ ਲਓ ਕਿ ਉਹਨਾਂ ਨੂੰ ਕਿਵੇਂ ਦੇਖਦੇ ਨੇ ਬਾਰਡਰ ਵਾਲੇ ਫਿਰ ਤੁਸੀਂ ਮੌਰਗੇਜ ਦੇਖ ਲਓ ਤੇ ਰੀਅਲ ਸਟੇਟ ਦੇਖ ਲਓ ਇਹਦੇ ਚ ਅਸੀਂ ਕੀ ਕਰਦੇ ਆ ਪੈਸੇ ਬਣਾਏ ਹੋਣਗੇ ਬੰਦਿਆ ਨੇ ਪਰ ਫਰਾਡ ਪੂਰਾ ਮੌਰਗੇਜ ਦਾ ਸਿਸਟਮ ਖਰਾਬ ਹੋ ਚੁੱਕਿਆ ਉਹਦੇ ਚ ਹੁਣ ਜੈਨੂਇਨ ਤਰੀਕੇ ਨਾਲ ਤੁਸੀਂ ਮੌਰਗੇਜ ਲੈ ਹੀ ਨਹੀਂ ਸਕਦੇ ਖਰਾਬ ਹੋਇਆ ਨਾ ਇਹਦੇ ਚ ਵੀ ਸਾਡੇ ਬੰਦਿਆਂ ਦਾ ਅੱਛਾ ਖਾਸ ਇਹਨੀਆਂ ਦਾ ਵੀ ਸਾਰਾ ਅਸੀਂ ਕੀਤਾ ਸਾਡੇ ਬੰਦਿਆਂ ਦਾ ਅੱਛਾ ਖਸਾ ਯੋਗਦਾਨ ਹੈ। ਹੂੰ ਹੂੰ। ਫਿਰ ਇਮੀਗ੍ਰੇਸ਼ਨ 'ਚ ਅਸੀਂ ਗੜਬੜਾ ਕਰਦੀਆਂ। ਸਟੂਡੈਂਟ ਵੀਜ਼ਾ ਪ੍ਰੋਗਰਾਮ ਹੀ ਲੈ ਲਓ। ਹੂੰ। ਸਟੂਡੈਂਟ ਵੀਜ਼ਾ ਪ੍ਰੋਗਰਾਮ ਜਿੰਨਾ ਅਬਿਊਜ਼ ਅਸੀਂ ਕੀਤਾ। ਹੂੰ। ਸਾਡੀ ਇੱਕ ਕੱਲੀ ਕਮਿਊਨਿਟੀ ਨੇ। ਹੋਰ ਸਾਡੇ ਮੁਕਾਬਲੇ ਕੋਈ ਇੱਕ ਵੀ ਕਮਿਊਨਿਟੀ ਨਹੀਂ ਅਸੀਂ ਕਹਿ ਸਕਦੇ। ਅਸੀਂ ਇਕੱਲੇ ਇੱਕ ਪਾਸੇ ਬਾਕੀ ਸਾਰੀਆਂ ਮਿਲਾ ਕੇ ਇੱਕ ਪਾਸੇ। ਪਰ ਬਾਕੀ ਵੀ ਉਹਦੇ ਵਿੱਚ ਉਨਹੀਂ ਸ਼ਾਮਿਲ। ਉਹ ਹੈਗੇ ਨੇ ਪਰ ਨੰਬਰ ਸਾਡਾ ਜ਼ਿਆਦਾ ਹੈ ਨਾ। ਹੂੰ ਹੂੰ। ਜੀ। ਸੋ ਹੁਣ ਉਹਦੇ ਨਾਲ ਜੁੜੀਆਂ ਹੋਈਆਂ ਫਿਰ ਸਾਰੀਆਂ ਗੱਲਾਂ ਦੇਖ ਲਓ। ਫਿਰ ਜਿਹੜੇ ਸਾਡੇ ਸਟੂਡੈਂਟ ਨੇ ਇਹ ਕਿਵੇਂ ਫਿਰ ਅੱਗੇ ਵਿਚਰਦੇ ਨਹੀਂ ਇੱਥੇ ਜੋ ਸਾਰਾ ਸਿਸਟਮ ਬਣ ਗਿਆ ਇਹ ਸਾਰੀ ਚੀਜ਼ਾਂ ਫਿਰ ਐਡ ਹੁੰਦੀਆਂ ਗਈਆਂ ਪਲਾਜ਼ਿਆਂ 'ਚ ਗੇੜੀਆਂ ਮਾਰਨ ਦਾ ਟ੍ਰੈਂਡ ਹੋਰ ਇਹ ਆ ਗਿਆ ਪਬਲਿਕ ਸਪੇਸਸ ਅਸੀਂ ਖਰਾਬ ਕਰਤੀਆਂ ਦੇਖੋ ਪਬਲਿਕ ਸਪੇਸਸ ਅਸੀਂ ਖਰਾਬ ਕਰਤੀਆਂ ਜਿਹੜੇ ਸਾਡੇ ਪੁਰਾਣਿਆਂ ਦਾ ਤਾਂ ਸਟੂਡੈਂਟ ਕਮਿਊਨਿਟੀ ਦਾ ਇੱਕ ਫਰਕ ਹੈ ਸਾਡੇ ਪੁਰਾਣਿਆਂ ਨੇ ਵੀ ਬਹੁਤ ਫਰਾਡ ਕੀਤੇ ਹੋਇਆ ਹਮ ਉਹਨਾਂ ਨੇ ਵੀ ਬਹੁਤ ਗਲਤ ਕੰਮ ਕੀਤੇ ਹੋਏ ਨੇ ਕੋਈ ਦੁੱਧੋਤੇ ਨਹੀਂ ਆ ਕਿ ਪਹਿਲਾਂ ਆਏ ਹੋਏ ਜਾਲੀ ਵਿਆਹ ਵਾਲਾ ਸਿਸਟਮ ਤੇ ਹੋਰ ਜੋ ਜੋ ਫਰਾਡ ਕੀਤੇ ਨੇ ਪੁਰਾਣੀ ਜਨਰੇਸ਼ਨ ਨੇ ਕੀਤੇ ਹੋਏ ਨੇ ਖੂਬ ਕੀਤੇ ਹਮ ਤੇ ਹਰ ਜਨਰੇਸ਼ਨ ਆਪਣਾ ਆਪਣਾ ਯੋਗਦਾਨ ਪਾਉਂਦੀ ਹੈ ਜਿਹੜੇ ਆ ਸਟੂਡੈਂਟ ਤਬਕਾ ਨਵਾਂ ਪ੍ਰੋਗਰਾਮ ਹੈ ਇਹਨੇ ਕੁਝ ਆਪਣੀ ਤਰ੍ਹਾਂ ਦਾ ਯੋਗਦਾਨ ਪਾਇਆ ਉਹਦੇ ਚ ਹੁਣ ਜਿਹੜੇ ਪੁਰਾਣੇ ਸੀ ਸਾਡੇ ਨਾ ਪਬਲਿਕ ਸਪੇਸ ਚ ਬਹੁਤਾ ਨਹੀਂ ਸੀ ਜਾਂਦੇ ਵਿਚਾਰੇ ਕੰਮਾਂ 'ਚ ਫਸੇ ਰਹਿੰਦੇ ਸੀ ਫੈਕਟਰੀਆਂ ਦੀਆਂ ਜੌਬਾਂ ਕਰਦੇ ਸੀ ਉਹਨਾਂ ਕੋਲ ਟਾਈਮ ਹੀ ਹੈ ਨਹੀਂ ਸੀ ਇਹ ਜਦ ਦੇ ਸਟੂਡੈਂਟ ਆਏ ਨੇ ਇਹਨਾਂ ਨੇ ਜਿਹੜੀਆਂ ਪਬਲਿਕ ਸਪੇਸਸ ਨੇ ਉੱਥੇ ਇਹਨਾਂ ਦੀ ਇਹ ਵਿਜੀਬਲ ਬਹੁਤ ਨੇ ਪਲਾਜ਼ੀਆਂ 'ਚ ਘੁੰਮਦੇ ਰਹਿੰਦੇ ਨੇ ਸਾਰਾ ਦਿਨ ਜਿਹੜੇ ਹੋਰ ਨੇੜੇ ਤੜੇ ਦੇ ਟੂਰਿਸਟ ਸਪੌਟ ਨੇ ਹੁਣ ਟੋਰਾਂਟੋ ਡਾਊਨਟਾਊਨ ਜਿਹੜਾ ਡੰਡਾਸ ਐਂਡ ਯੰਗ ਸਕੁਅਰ ਹੈ ਹੂੰ ਉਹਦੇ ਚ ਸਾਡੇ ਲੋਕ ਕਦੇ ਨਹੀਂ ਸੀ ਜਾਂਦੇ ਜਾਂ ਇਸ ਤਰ੍ਹਾਂ ਨਹੀਂ ਸੀ ਦੇਸ ਤੇ ਹੂੰ ਇਹ ਨਵੇਂ-ਨਵੇਂ ਆਏ ਇਹਨੂੰ ਇੱਥੋਂ ਦਾ ਕਲਚਰ ਦਾ ਪਤਾ ਨਹੀਂ ਥੋੜਾ ਜਿਹਾ ਆਪੇ ਤੋਂ ਬਾਹਰ ਹੁੰਦੇ ਨੇ ਜਦੋਂ ਇਕੱਠੇ ਹੋ ਜਾਂਦੇ ਨੇ ਫਿਰ ਇਹ ਕਈ ਗੱਲਾਂ ਨਹੀਂ ਸੋਚਦੇ ਉੱਥੇ ਜਾ ਕੇ ਇਹ ਜਲੂਸ ਕੱਢਦੇ ਨੇ ਜੋ ਸ਼ਾਮ ਨੂੰ ਹੂੰ ਉਹਦੇ ਨਾਲ ਤੁਸੀਂ ਆਪਣੀ ਕਮਿਊਨਿਟੀ ਦਾ ਇਮੇਜ ਖਰਾਬ ਕਰਦੇ ਹੋ ਆਲੇ ਦੁਆਲੇ ਟੂਰਿਸਟ ਥਾਵਾਂ ਨੇ ਦੇਖ ਲਓ ਤੁਸੀਂ ਨਾਗਰਾ ਫਾਲ ਦੇਖ ਲਓ ਹੋਰ ਨੇੜੇ ਤੇੜੇ ਹੋਰ ਥਾਵਾਂ ਦੇਖ ਲਓ ਹੁਣ ਫੈਮਿਲੀ ਵਾਲਾ ਬੰਦਾ ਉੱਥੇ ਜਾਣੋਂ ਝਿਜਕਦਾ ਪਿੱਛੇ ਜੇ ਰਿਪੋਰਟ ਆਈ ਸੀ ਬੀਚਸ ਨੇ ਜਿਹੜੀਆਂ ਇੱਥੇ ਨਾਲ ਲੱਗਦੀਆਂ ਉੱਥੇ ਬੀਚਸ ਦੇ ਵਿੱਚ ਜੋ ਗੰਦਗੀ ਪੈਂਦੀ ਆ ਉਹ ਦੱਬੀ ਸੁਰਚ ਲੋਕਾਂ ਨੇ ਸੋਸ਼ਲ ਕਿਉਂਕਿ ਮੇਨਸਟ੍ਰੀਮ ਮੀਡੀਆ ਤਾਂ ਇਹ ਗੱਲ ਕਰਨੋਂ ਝਿਜਕਦਾ ਕਿ ਸਾਡੇ ਤੇ ਰੇਸਿਜ਼ਮ ਹੋਣ ਦਾ ਠੱਪਾ ਨਾ ਲੱਗ ਜੇ ਪਰ ਸੋਸ਼ਲ ਮੀਡੀਆ ਤੇ ਲੋਕ ਆਪਣੀ ਪੜਾਸ ਕੱਢਦੇ ਨੇ ਉੱਥੇ ਬੀਚਸ ਦੇ ਤੇ ਜੋ ਹਾਲ ਹੋ ਸੋ ਇਹ ਚੀਜ਼ਾਂ ਬਦਨਾਮ ਸਾਨੂੰ ਕਰ ਰਹੀਆਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਫਿਰ ਹੁਣ ਕ੍ਰਾਈਮ ਕਾਰ ਚੋਰੀ ਦੇਖ ਲਓ ਇਹ ਚੀਜ਼ਾਂ ਸ਼ੁਰੂ ਤੋਂ ਵੀ ਸੀ ਅ ਇੱਥੇ ਇੱਕ ਚੀਜ਼ ਬੜੀ ਸੁਣਨ ਦੇ ਵਿੱਚ ਆਉਂਦੀ ਹੈ ਕਿ ਜਦੋਂ ਤੁਸੀਂ ਬਾਸਾ 'ਚ ਵੀ ਬੈਠੇ ਹੋ ਜਾਂ ਟਰੈਵਲ ਕਰਦੇ ਹੋ ਵੀ ਪੁਰਾਣੇ ਬਜ਼ੁਰਗਾਂ ਨੇ ਆ ਕੇ ਵੀ ਇਹ ਚੀਜ਼ਾਂ ਨਹੀਂ ਕੀਤੀਆਂ ਇਹ ਨਹੀਂ ਹੈਗਾ ਅੱਜ ਦੇ ਟਾਈਮ 'ਚ ਵੀ ਇਹ ਚੀਜ਼ਾਂ ਕਈਆਂ ਜਾਂਦੀਆਂ ਨੇ ਕਿ ਵੀ ਲਾਈਕ ਆ ਕੇ ਜਿਸ ਤਰੀਕੇ ਨਾਲ ਪਾਰਕਾਂ 'ਚ ਬੈਠ ਕੇ ਤੇ ਉੱਥੇ ਵਾਈਟ ਕਮਿਊਨਿਟੀ ਦੀਆਂ ਲੇਡੀਜ਼ ਦੇ ਉੱਤੇ ਕਮੈਂਟਸ ਕਰਨੇ ਆ ਸਾਡੇ ਬਜ਼ੁਰਗਾਂ ਨੇ ਵੀ ਇਹ ਕੰਮਾ ਬਹੁਤ ਪਹਿਲਾਂ ਵਾਲੇ ਵੀ ਕਰਦੇ ਸੀਗੇ ਬਹੁਤ ਕਰਦੇ ਸੀ ਪਹਿਲਾਂ ਵਾਲੇ ਨੰਬਰ ਥੋੜੇ ਹੁੰ ਪਹਿਲਾਂ ਨੰਬਰ ਥੋੜੇ ਸੀ ਵੱਡੀ ਉਮਰ ਦੇ ਲੋਕ ਹੁੰਦੇ ਸੀ ਕਮਾਂਕਾਰਾਂ ਕੰਮਕਾਰ ਕਰਦੇ ਸੀ ਪਰਿਵਾਰਾਂ ਵਾਲੇ ਸੀ ਜਦੋਂ ਇਹ ਜਿਹੜਾ ਸਟੂਡੈਂਟ ਤਬਕਾ ਨਾ ਇਹਦੀ ਪ੍ਰੋਬਲਮ ਇਹ ਹੁੰਦੀ ਕਿ ਤੇ ਯੰਗ ਹੈ ਹੂੰ ਦੂਜਾ ਉਹ ਇਕੱਠੇ ਨਹੀਂ ਗਰੁੱਪਾਂ ਚ ਫਿਰ ਉਹ ਰਹਿੰਦੇ ਵੀ ਇਕੱਠੇ ਨੇ ਤੇ ਜਿਨ੍ਹਾਂ ਕਾਲਜਸ ਚ ਪੜ੍ਹਦੇ ਨੇ ਉਹ ਵੀ ਹੁਣ ਮਲਟੀਕਲਚਰਲ ਕਾਲਜ ਤਾਂ ਹੈ ਨਹੀਂ ਜਿੱਥੇ ਸਾਰੇ ਹੀ 90% ਪੰਜਾਬੀ ਹੋਣਗੇ ਫਿਰ ਉੱਥੇ ਉਹ ਉਹਨੇ ਉਹਨੇ ਕੋਈ ਉਹਦਾ ਮਾਹੌਲ ਕੋਈ ਇੰਟਰਨੈਸ਼ਨਲ ਥੋੜਾ ਰਹਿਣਾ ਸੋ ਜਦੋਂ ਇਕੱਠੇ ਹੋ ਗਏ ਫਿਰ ਉਹਨਾਂ ਦਾ ਬਿਹੇਵੀਅਰ ਉਹ ਤੋਂ ਉਹਨਾਂ ਦਾ ਰਹਿਣ ਸਹਿਣ ਇਹ ਹੋ ਜਾ ਜਦੋਂ ਤੁਸੀਂ ਇਕੱਠਿਆਂ ਨੇ ਗਰੁੱਪ ਦੇ ਵਿੱਚ ਰਹਿਣਾ ਤੁਸੀਂ ਸਿੱਖਣਾ ਕਿੱਥੋਂ ਹੈ ਤੁਸੀਂ ਇੱਕ ਆਪਣਾ ਹੀ ਵਰਲਡ ਨਾਲ ਇੰਪੋਰਟ ਕਰ ਲਿਆ ਨਾ ਸੋ ਇਸ ਕਰਕੇ ਸਟੂਡੈਂਟ ਦੇ ਬਿਹੇਵੀਅਰ 'ਚ ਕਈ ਵਾਰ ਇਹਦੇ 'ਚ ਕਹਦਾ ਮਤਲਬ ਇਹ ਨਹੀਂ ਹੈ ਵੀ ਕੋਈ ਸਟੂਡੈਂਟ ਪ੍ਰਾਣੀਆਂ ਨਾਲੋਂ ਜਿਆਦਾ ਖਰਾਬ ਨਹੀਂ ਮੈਂ ਨਹੀਂ ਮੰਨਦਾ ਮੈਂ ਕਹਿੰਦਾ ਪੁਰਾਣਿਆਂ ਨੇ ਵੀ ਬਹੁਤ ਗਲਤੀਆਂ ਕੀਤੀ ਗੜਬੜਾਂ ਕੀਤੀਆਂ ਉਸ ਟਾਈਮ ਸੋਸ਼ਲ ਮੀਡੀਆ ਜਾਂ ਮੀਡੀਆ ਨਾਲ ਹਾਈਲਾਈਟ ਨਹੀਂ ਕਰਨਾ ਸੀ ਪਰ ਇਹ ਹੈ ਕਿ ਕੁਝ ਖਾਸ ਯੂਨੀਕ ਕਾਰਨਾ ਕਰਕੇ ਤੇ ਦੂਜੇ ਨੰਬਰ ਜਿਆਦਾ ਹੋਣ ਕਰਕੇ ਜਦੋਂ ਨੰਬਰ ਦਾ ਵੀ ਤਾਂ ਫਰਕ ਪੈਂਦਾ ਨਾ ਕਿਤੇ 10 ਬੰਦੇ ਨੇ ਕਿਤੇ 100 ਬੰਦਾ ਫਰਕ ਤੇ ਪੈਗਾ ਹੈ ਨਾ ਇੱਕ 10 ਬੰਦੇ ਕੋਈ ਗਲਤ ਕੰਮ ਕਰ ਰਹੇ ਨੇ ਇੱਕ 100 ਬੰਦਾ ਗਲਤ ਕੋਈ ਕੰਮ ਕਰ ਰਿਹਾ ਜਿਸੇਗਾ ਤਾਂ ਜਿਆਦਾ 100 ਹੀ ਨਾ ਸੋ ਹੁਣ ਜਿਹੜੇ ਸਟੂਡੈਂਟ ਇਸ ਕਰਕੇ ਬਦਨਾਮ ਹੋ ਜਾਂਦੇ ਨੇ ਕਿਉਂਕਿ ਇਹ ਕਹਿੰਦਾ ਨੰਬਰ ਬਹੁਤ ਜ਼ਿਆਦਾ ਹੈ ਇਹ ਜਿਹੜਾ ਨੰਬਰ ਪਲੇਟਸ ਲੈਣ ਦਾ ਟ੍ਰੈਂਡ ਆ ਇਹ ਵੀ ਸਾਡੀ ਕਮਿਊਨਿਟੀ ਨੇ ਬਹੁਤ ਜ਼ਿਆਦਾ ਵਧਾਇਆ ਜਿਸ ਤਰੀਕੇ ਦੀਆਂ ਨੰਬਰ ਪਲੇਟਸ ਨੇ ਬੜੀਆਂ ਹੋਸ਼ੀਆਂ ਚੀਜ਼ਾਂ ਨੇ ਇਹ ਦੇਖੋ ਹੁਣ ਆਪ ਹੀ ਦੱਸਦਾ ਬੜੀ ਸਿੱਧੀ ਗੱਲ ਐ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਆਪਣੇ ਕੋਈ ਪੰਜਾਬੀ ਬੰਦਾ ਹੀ ਐ ਕੋਈ ਸਕਾਲਰ ਆਦਮੀ ਕਹਿੰਦਾ ਹੁਣ ਜਿਹੜੀਆਂ ਇਹ ਲਾਇਸੈਂਸ ਪਲੇਟਾਂ ਨੇ ਇਹਨਾਂ ਨੂੰ ਤੁਸੀਂ ਸਟੱਡੀ ਕਰੋ ਇਹਨਾਂ ਲਾਇਸੈਂਸ ਪਲੇਟਾਂ ਨੂੰ ਦੇਖ ਕੇ ਕਿਸੇ ਬੰਦੇ ਨੇ ਕਿਸੇ ਕਮਿਊਨਿਟੀ ਦੇ ਕਲਚਰ ਦਾ ਅੰਦਾਜ਼ਾ ਲਾਉਣਾ ਹੋਵੇ ਤਾਂ ਕੀ ਲੱਗੇਗਾ ਵੀ ਸਾਡੀ ਕਮਿਊਨਿਟੀ ਕੀ ਐ ਕ੍ਰਾਈਮਨਲ ਜਿੰਨੀਆਂ ਕ੍ਰਾਈਮ ਵਾਲੀਆਂ ਚੀਜ਼ਾਂ ਨੇ ਡਰੱਗ ਵਾਲੀਆਂ ਵਾਇਲੈਂਸ ਵਾਲੀਆਂ ਤੇ ਗੈਂਗ ਕਲਚਰ ਵਾਲੀਆਂ ਸਾਰੀਆਂ ਲਾਇਸੈਂਸ ਪਲੇਟਾਂ ਉਹਨਾਂ ਨੂੰ ਦਿਖਾ ਰਹੀਆਂ ਨੇ ਅਸੀਂ ਕੀ ਸਾਰੇ ਦੇ ਸਾਰੇ ਗੈਂਗਸਟਰ ਪੰਜਾਬੀ ਸਾਡੇ ਚ ਕਿੰਨੇ ਹੋਣਗੇ ਹੂੰ ਦੇਖੋ ਸਾਡੀ ਜਿਹੜੀ ਟ੍ਰੈਡੀਸ਼ਨ ਹੈ ਉਹਦੇ ਚ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਕੁਰਬਾਨੀਆਂ ਵਾਲੇ ਬੰਦੇ ਬਹੁਤ ਉੱਚੇ ਕਰਤਾਰ ਵਾਲੇ ਬੰਦੇ ਜਿਹੜਾ ਖਾਲਸਾ ਗੁਰੂ ਗੋਬਿੰਦ ਸਿੰਘ ਨੇ ਬਣਾਇਆ ਉਹ ਤੇ ਬਹੁਤ ਉੱਚੀ ਉੱਚੀ ਚੀਜ਼ ਹੈ ਜੀ ਤੇ ਉਹਨਾਂ ਦੇ ਮੁਕਾਬਲੇ ਤੁਸੀਂ ਆਹ ਜਿਹੜੇ ਮਤਲਬ ਟੈਟੂਆਂ ਵਾਲੇ ਤੇ ਆਹ ਜਿਹੜੇ ਮਤਲਬ ਪੁੱਠੇ ਸਿੱਦੇ ਵਾਲ ਬਣਾਉਣ ਵਾਲੇ ਇਹ ਇਸ ਕਲਚਰ ਨੂੰ ਪੰਜਾਬੀ ਕਲਚਰ ਬਣਾਤਾ ਇਹ ਸਿੰਗਰਸ ਤੇ ਸਾਡੀ ਦੇਣਾ ਜਿਹੜੇ ਕਹਿੰਦੇ ਆ ਕਿ ਸਾਡੇ ਕਲਚਰ ਦੇ ਵਿੱਚ ਵੀ ਇਹ ਚੀਜ਼ਾਂ ਹੈਗੀਆਂ ਨੇ ਉ ਉੱਚਾ ਛਾਹ ਦੀ ਜਦੋਂ ਗੱਲ ਕਰਦੇ ਆ ਜਾਂ ਇਹ ਚੀਜ਼ਾਂ ਦੀ ਕਿ ਇਹ ਤੁਹਾਡੇ ਬਲੱਡ ਨੂੰ ਥੋੜਾ ਹੋਰ ਜ਼ਿਆਦਾ ਉਹ ਕਰਦੇ ਆ ਕਿ ਵੀ ਤੁਹਾਨੂੰ ਉਤਸ਼ਾਹ ਭਰਦੇ ਆ ਤੁਹਾਡੇ ਚਿਹਰੇ ਜੇ ਗਰਫਲਾਂ ਗੰਨਾ ਵਾਲੇ ਗਾਣੇ ਤੇ ਤੁਸੀਂ ਦੇਖੋਗੇ ਲਗਭਗ ਇਹ ਗਨ ਕਲਚਰ ਦੀ ਗੱਲ ਕਰ ਰਹੇ ਨੇ ਜੀ ਇਹ ਗੱਲ ਗਨ ਕਲਚਰ ਕਰਨਾ ਕੋਈ ਬਹਾਦਰੀ ਤੇ ਹੋਇਆ ਹੂੰ ਤੇ ਫਿਰ ਬਲੈਕ ਕਮਿਊਨਿਟੀ ਚ ਸਾਡੇ ਨਾਲੋਂ ਕਈ ਗੁਣਾ ਜ਼ਿਆਦਾ ਹੂੰ ਹੂੰ ਉਹਨਾਂ ਦੇ ਮੁਕਾਬਲੇ ਫਿਰ ਬਹਾਦਰ ਨਹੀਂ ਹੈਗੇ ਅਸੀਂ ਜੇ ਜੇ ਇਦਾਂ ਹਥਿਆਰ ਰੱਖਣੇ ਤੇ ਨਸ਼ਿਆਂ ਦਾ ਕਾਰੋਬਾਰ ਕਰਨਾ ਪਰ ਤੇ ਇਹ ਪ੍ਰੋਬਲਮਸ ਹੋਰ ਕਮਿਊਨਿਟੀ ਚ ਸਾਡੇ ਨਾਲੋਂ ਕਈਆਂ ਜ਼ਿਆਦਾ ਨੇ ਹੂੰ ਲਾਟਿਨ ਅਮਰੀਕਾ ਵਾਲਿਆਂ ਚ ਮੈਕਸੀਕੋ ਵਾਲਿਆਂ ਚ ਹੋਰਾਂ ਚ ਤੇ ਜਿਹੜਾ ਗੈਂਗ ਕਲਚਰ ਹੈ ਇਟਾਲੀਅਨ ਦਾ ਇੱਥੇ ਬਹੁਤ ਤਰਿਆ ਹੂੰ ਸੋ ਇਹ ਤਾਂ ਐਵੇਂ ਅਸੀਂ ਆਪਣਾ ਮਤਲਬ ਨਾ ਖੁਦੇ ਡੱਡੂ ਵਾਲੀ ਗੱਲ ਹੈ ਜਿੰਨਾ ਕਿ ਕਈ ਵਾਰ ਸਾਡੇ মিডিਆ ਵਾਲੇ ਵੀ ਉਹੇ ਜਿਹੇ ਨੇ ਜਿਨ੍ਹਾਂ ਨੂੰ ਸਿਰਫ ਪੰਜਾਬੀਆਂ ਦਾ ਹੀ ਪਤਾ ਹੁੰਦਾ ਹੈ ਤੇ ਪੰਜਾਬੀ ਮੀਡੀਆ ਦੇਖਦੇ ਨੇ ਆਪਣਾ ਫੇਸਬੁੱਕ ਦੇਖਦੇ ਨੇ ਉਹ ਆਪਣੇ ਆਪਣੀ ਦੁਨੀਆ ਚ ਰਹੀ ਜਾਂਦੇ ਆ ਹੂੰ ਇਹ ਸਾਰੀਆਂ ਗੱਲਾਂ ਸਾਡੇ ਨਾਲੋਂ ਕਿਤੇ ਵੱਧ ਹੋਰ ਕਮਿਊਨਿਟੀ ਚ ਆ ਗਈਆਂ ਹੂੰ ਫਿਰ ਬਦਨਾਮ ਸਾਡੀ ਕਮਿਊਨਿਟੀ ਕਿ ਜ਼ਿਆਦਾ ਹੋ ਰਹੀ ਸਾਡੀ ਕਮਿਊਨਿਟੀ ਹੁਣ ਬਦਨਾਮ ਹੋ ਰਹੀ ਕਿਉਂਕਿ ਹੁਣ ਸਾਡਾ ਸ਼ੇਅਰ ਹੂੰ ਸਾਡੇ ਹੁਣ ਨੰਬਰ ਜ਼ਿਆਦਾ ਵਧ ਗਏ ਹੂੰ ਤੇ ਗਿਣਤੀ ਸਾਡੀ ਜ਼ਿਆਦਾ ਹੋ ਗਈ ਤੇ ਉਤੋਂ ਅਸੀਂ ਕੁਝ ਖਾਸ ਤਰ੍ਹਾਂ ਦੀ ਇਮੀਗ੍ਰੇਸ਼ਨ ਹੋਈ ਜਿਹੜੀ ਸਟੂਡੈਂਟ ਵੀਜ਼ਾ ਪ੍ਰੋਗਰਾਮ ਨਾਲ ਅਸੀਂ ਥੋੜੇ ਜਿਹਾ ਜ਼ਿਆਦਾ ਬਦਨਾਮ ਹੋ ਗਏ ਉਹਦਾ ਕਾਰਨ ਸੀ ਵੀ ਜਿਹੜੀ ਸਟੂਡੈਂਟ ਕਮਿਊਨਿਟੀ ਆ ਉਹ ਵਿਜੀਬਲ ਬਹੁਤ ਹੈ ਪਹਿਲੇ ਜਿਹੜੇ ਸੈਗਮੈਂਟ ਆਏ ਸੀ ਨਾ ਉਹਨੇ ਵਿਜੀਬਲ ਨਹੀਂ ਸੀ ਪਰ ਇਹ ਵੀ ਕਿਹਾ ਜਾਂਦਾ ਕਿ ਹੁਣ ਜਿਵੇਂ ਸਾਡੇ ਕਮਿਊਨਿਟੀ ਦੇ ਨਾਲ ਵੀ ਰੇਸਿਜ਼ਮ ਦੀ ਗੱਲ ਉਹਰੇ ਕਾਫੀ ਹਾਈਲਾਈਟ ਹੋਈ ਸੀ ਕਿ ਜਦੋਂ ਇਮੀਗ੍ਰੇਸ਼ਨ ਦੀ ਹੁਣ ਜਿਵੇਂ ਤੁਸੀਂ ਗੱਲ ਕੀਤੀ ਆ ਤਾਂ ਧਰਨੇ ਪ੍ਰਦਰਸ਼ਨ ਬਹੁਤ ਜ਼ਿਆਦਾ ਹੋਏ ਵਿੱਚੇ ਉਹਦੇ ਵਿੱਚ ਜੇ ਸਾਡੇ ਲੋਕਾਂ ਦਾ ਹੱਥ ਸੀ ਵੀ ਗਲਤ ਤਰੀਕੇ ਦੇ ਨਾਲ ਆਫਰ ਲੈਟਰਸ ਲੈ ਕੇ ਆਇਆ ਤਾਂ ਇੱਥੋਂ ਦੇ ਇਮੀਗ੍ਰੇਸ਼ਨ ਸਿਸਟਮ ਦਾ ਵੀ ਉਨਾ ਹੀ ਹੱਥ ਸੀ ਕਿ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਉਸ ਟਾਈਮ ਨਹੀਂ ਦੇਖਿਆ ਗਿਆ ਤੇ ਉਹਦੇ ਵਿੱਚ ਪਰ ਬਦਨਾਮੀ ਜਿਹੜੀ ਆ ਉਹ ਪੰਜਾਬੀ ਕਮਿਊਨਿਟੀ ਦੀ ਜ਼ਿਆਦਾ ਹੋ ਰਹੀ ਹੈ ਹਾਲ ਕਾਲਜਿਸ ਦੇ ਵਿੱਚ ਜਿਹੜੇ ਜਿਹੜੇ ਇਮੀਗ੍ਰੇਸ਼ਨ ਵਾਲੇ ਨੇ ਉੱਥੇ ਤੁਹਾਡਾ ਕੀ ਖਾਲਾ-ਖਾਲੇ ਪੰਜਾਬੀ ਆਉਂਦੇ ਨੇ ਸਾਰੀ ਦੁਨੀਆ ਚ ਲੋਕ ਆ ਰਹੇ ਇਸ ਕੰਟਰੀ ਚ ਕੋਈ ਇੱਕ ਇੱਕ ਮੁਲਕ ਚੋਂ ਥੋੜਾ ਆ ਰਿਹਾ ਪਰ ਅਸੀਂ ਜਾਦਾ ਅਬਿਊਜ਼ ਸਾਡਾ ਉਹਦੇ ਚ ਯੋਗਦਾਨ ਵੱਧ ਹੈ ਇਹਦੇ ਚ ਕੋਈ ਸ਼ੱਕ ਸ਼ੱਕ ਥੋੜਾ ਅਸੀਂ ਕਰਦੇ ਆਂ ਇਹ ਜੀ ਕੋਈ ਇਹਦੇ ਚ ਕੋਈ ਬੁਰਾਈ ਮਤਲਬ ਝੂਠ ਥੋੜਾ ਤੇ ਇਹ ਜਿਹੜਾ ਯੂਨੀਵਰਸਿਟੀਜ਼ ਦਾ ਮੈਟਰ ਹੋਇਆ ਸੀ ਉਹਦੋਂ ਵੀ ਕਿਹਾ ਗਿਆ ਸੀ ਕਿ ਇੱਕ ਕਮਿਊਨਿਟੀ ਖਾਸ ਤੌਰ ਤੇ ਸਾਡੀ ਕਮਿਊਨਿਟੀ ਨੂੰ ਨਿਸ਼ਾਨਾ ਬਣਾ ਕੇ ਵੀ ਉਹਨਾਂ ਨੂੰ ਜਾਣ ਬੁੱਝ ਕੇ ਫੇਲ ਕੀਤਾ ਗਿਆ ਤੇ ਇੱਕ ਵਾਰ ਫੇਲ ਤੋਂ ਕਈ ਵਾਰ ਅਸੀਂ ਇਹ ਮੈਂ ਤਾਂ ਗੱਲਾਂ ਨਾ ਜਿਵੇਂ ਕਹਿੰਦਾ ਜਦੋਂ ਜਦੋਂ ਤੁਹਾਡੇ ਤੇ ਗੱਲ ਆਵੇ ਕਈ ਬੰਦੇ ਨੂੰ ਆਦਤ ਹੁੰਦੀ ਹੈ ਵੀ ਹਰ ਗੱਲ ਨੂੰ ਮਤਲਬ ਰੈਸ਼ੀਅਲ ਐਂਗਲ ਦੇਣ ਦੀ ਕੋਸ਼ਿਸ਼ ਕਰਨੀ ਕਈ ਕਾਸਟ ਐਂਗਲ ਦੇਣ ਦੀ ਕੋਸ਼ਿਸ਼ ਕਰਦੇ ਕਈ ਰਿਲੀਜੀਅਸ ਐਂਗਲ ਦੇਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਆਪਣੀ ਆਪਣੀ ਗੱਲ ਤੇ ਪਰਦਾ ਪਾਇਆ ਜਾ ਸਕੇ ਇਸ ਕੰਟਰੀ ਚ ਐਦਾਂ ਕੋਈ ਡਿਸਕ੍ਰਿਮੀਨ ਐਸਲੂ ਗਰੁੱਪ ਚ ਕੋਈ ਨਹੀਂ ਕਰਦਾ ਠੀਕ ਹੈ ਸਰਟਨ ਲੈਵਲ ਤੇ ਮੜ ਮੋਟੇ ਬਾਇਸਸ ਹੁੰਦੇ ਆ ਪਰ ਮੈਂ ਨਹੀਂ ਮੰਨਦਾ ਕਿ ਇਸ ਕੰਟਰੀ ਚ ਕੋਈ ਐਦਾਂ ਕਮਿਊਨਿਟੀਜ਼ ਨਾਲ ਕੋਈ ਇਸ ਤਰੀਕੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਤੋਂ ਲਾਦਾ ਕਿ ਅਸੀਂ ਪਿਛਲਾ ਆਪਣਾ ਉਹ ਰਿਜ਼ਰਵੇਸ਼ਨ ਸਿਸਟਮ ਜਾਂ ਕਾਸਟ ਸਿਸਟਮ ਇੱਥੇ ਵੀ ਲੈ ਆਏ ਆਂ ਵਿਚਾਰੇ ਅਮ ਲੈ ਕੇ ਆਏ ਹੋਇਆ ਅਸੀਂ ਤੇ ਆਪਣੇ ਨਿਆਣਿਆਂ ਨੂੰ ਸਿਖਾਉਂਦੇ ਆਂ ਵੀ ਸਾਡੀ ਕਾਸਟ ਕਿਹੜੀ ਆ ਤੇ ਸਾਡੀ ਕਾਸਟ ਬਹੁਤ ਘੈਂਟ ਆ ਸਾਡਾ ਰਿਲੀਜਨ ਬਹੁਤ ਆ ਅਸੀਂ ਸਭ ਨੂੰ ਉਲਟਾ ਸਿਖਾਉਂਦੇ ਆਂ ਕਿਸੇ ਦੂਸਰੇ ਰਿਲੀਜਨ ਦੇ ਖਿਲਾਫ ਵੀ ਲੋਕਾਂ ਨੂੰ ਪੜਾਉਂਦੇ ਆਂ ਬੱਚਿਆਂ ਨੂੰ ਆਪਣੇਆਂ ਨੂੰ ਇਹ ਇਹ ਸਾਡੇ ਇੱਕ ਸੈਕਸ਼ਨ 'ਚ ਹੈਗਾ ਪਰ ਇਹ ਮੈਨੂੰ ਕਹਿੰਦਾ ਚਲੋ ਇਹ ਤਾਂ ਜਨਰਲ ਗੱਲਾਂ ਨੇ ਇਹ ਥੋੜਾ ਵੀ ਕੱਲਾ ਹੀ ਪੰਜਾਬੀਆਂ 'ਚ ਹੈ ਇਹ ਤਾਂ ਸਾਰਿਆਂ 'ਚ ਆ ਆਪਣਾ ਸਵਾਲ ਤਾਂ ਇਹ ਸੀ ਕਿ ਕੈਨੇਡਾ ਚ ਕੀ ਇਸ ਵੇਲੇ ਬਹੁਤ ਸਾਰੇ ਕਾਰਨਾਂ ਕਰਕੇ ਪੰਜਾਬੀ ਕਮਿਊਨਿਟੀ ਤੁਸੀਂ ਕਹਿ ਰਹੇ ਹੋ ਵੀ ਬਦਨਾਮ ਹੋ ਰਹੀ ਹੈ ਮੇਰਾ ਇਹ ਮੰਨਣਾ ਕਿ ਵੀ ਇਹਦੇ ਗੱਲ ਚ ਸਚਾਈ ਹੈ ਕੁਛ ਹੱਦ ਤੱਕ ਕਿਉਂਕਿ ਜੇ ਇਹ ਗੱਲ ਚੱਲ ਰਹੀ ਹੈ ਜੇ ਤੁਸੀਂ ਵੀ ਇਹ ਪੁੱਛਿਆ ਆਪਾਂ ਡਿਸਕਸ ਕਰ ਰਹੇ ਆਂ ਆਪਾਂ ਨੂੰ ਕਈਆਂ ਨੇ ਕਿਹਾ ਤਾਂ ਹਵਾ ਚੋਂ ਤਾਂ ਹੀ ਨਹੀਂ ਇਹ ਇਹ ਸਚਾਈ ਹੈ ਔਰ ਇਹੀ ਕਿਸਮ ਦਾ ਸਾਡੇ ਵਾਸਤੇ ਚੈਲੰਜ ਵੀ ਹੈ ਸਾਡੇ ਵਾਸਤੇ ਚੈਲੰਜ ਇਹ ਹੈ ਕਿ ਅਸੀਂ ਐਵੇਂ ਜਿਹੜਾ ਆਪਣੇ ਮੂੰਹ ਮੀਆਂ ਮੀਆਂ ਮਿੱਠੂ ਬਣਦੀ ਵਜਾਏ ਆਪਣੇ ਮੂਰਖ ਗਾਇਕਾਂ ਦੀ ਤਰ੍ਹਾਂ ਆਪਣੇ ਗੁਣ ਆਪੇ ਗਾਈ ਜਾਣ ਦੀ ਥਾਂ ਤੇ ਥੋੜਾ ਜਿਹਾ ਇਨਟਰੋਸਪੈਕਸ਼ਨ ਕਰੀਏ ਕਿਉਂਕਿ ਜਿਹੜੀ ਸਾਡੀ ਰਵਾਇਤ ਹੈ ਉਹਦੇ ਵਿੱਚ ਤਾਂ ਹਿਊਮਿਲਟੀ ਵੱਡੀ ਚੀਜ਼ ਹੈ ਹਮ ਜਿਹੜੀ ਸਿੱਖੀ ਦੀ ਅਰਦਾਸ ਹੈ ਰੋਜ਼ ਹੈ ਕਿ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਅਸੀਂ ਆਪਣੇ ਨਿਮਰਤਾ ਨਾਲ ਗੱਲਾਂ ਸੁਣੀਏ ਜੇ ਸਾਡੇ ਬਾਰੇ ਕੋਈ ਮਾੜੀਆਂ ਗੱਲਾਂ ਹੋ ਰਹੀਆਂ ਨੇ ਉਹਨਾਂ ਸੀ ਉਹਨਾਂ ਨੂੰ ਸੁਣੀਏ ਸੁਣ ਕੇ ਇਨਟਰੋਸਪੈਕਸ਼ਨ ਕਰੀਏ ਜਿੱਥੇ ਕਰੈਕਟ ਕਰਨ ਦੀ ਜ਼ਰੂਰਤ ਹੈ ਕਰੈਕਟ ਕਰੀਏ ਤੇ ਆ ਜਿਹੜਾ ਫੁਕਰਾ ਕਲਚਰ ਹੈ ਜਿਹੜਾ ਗੌਣ ਵਾਲੇ ਨੇ ਪ੍ਰਮੋਟ ਕੀਤਾ ਮੈਂ ਇਹਨਾਂ ਨੂੰ ਬਹੁਤ ਮਤਲਬ ਹੋਛਾ ਪਣ ਸਮਝਦਾ ਕਿ ਇਹਦੇ ਬਾਰੇ ਅਸੀਂ ਜਰੂਰ ਸੁਚੇਤ ਹੋਈਏ ਕਿ ਬੰਦਾ ਬਹੁਤ ਹਲਕਾ ਲੱਗਦਾ ਜਦੋਂ ਆਪਣੇ ਗੁਣ ਆਪੇ ਗਾਈ ਜਾਂਦਾ ਕੋਈ ਕਮਿਊਨਿਟੀ ਜਾਂ ਕੋਈ ਕਾਸਟ ਆਪਣੇ ਸੋਲੇ ਗਾਈ ਜਾਵੇ ਕੋਈ ਕਿਸੇ ਇੱਕ ਇੰਡੀਵਿਜੂਅਲ ਦੇਖੋ ਇੱਕ ਗਰੁੱਪ ਬੈਠਾ ਉਸ ਗਰੁੱਪ ਚ ਇੱਕ ਬੰਦਾ ਬੈਠਾ ਆਪਣੇ ਜਾਂ ਆਪਣੀ ਜਾਤ ਦੇ ਸੋਲੇ ਗਾਈ ਜਾਵੇ ਆਪਣੀ ਤਾਰੀਫ ਆਪੇ ਕਰੀ ਜਾ ਉਹਨੂੰ ਪੱਕੇ ਹੋ ਜਾ ਬੰਦਾ ਸਮਝਦੇ ਹੁੰਦੇ ਹਨ ਫੁਕਰਾ ਹੋਛਾ ਆਦਮੀ ਕਹਿੰਦੇ ਹੁੰਦੇ ਨਾ ਇਸੇ ਤਰ੍ਹਾਂ ਕਲੈਕਟਿਵਲੀ ਜੇ ਕਿਸੇ ਕਮਿਊਨਿਟੀ ਵਾਲੇ ਬੰਦੇ ਆਪਣੀ ਤਾਰੀਫ ਆਪੇ ਕਰੀ ਜਾਣ ਆਪਣੇ ਗੀਤ ਗਾਈ ਜਾਣ ਆਪਣੀ ਕਾਸਟ ਦੇ ਆਪਣੇ 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 ਕਲਚਰ ਦੇ ਤੇ ਉਹ ਸੁਣਨ ਵਾਲੇ ਨੂੰ ਕਿੱਦਾਂ ਦੇ ਲੱਗਣਗੇ ਫੁਕਰੇ ਤੇ ਹੋਛੇ ਲੱਗਣਗੇ ਨਾ ਬੁਰੀ ਲੱਗੂਈ ਮੇਰੀ ਕਈਆਂ ਨੂੰ ਗੱਲ ਤੇ ਜਿਹੜੇ ਇਹ ਗੀਤ ਲਿਖਣ ਵਾਲੇ ਨੇ ਹੁਣ ਉਹ ਸਾਡਾ ਨੈਰੇਟਿਵ ਸੈੱਟ ਕਰ ਰਿਹਾ ਉਹ ਸਾਡੇ ਰਿਪਰੈਜ਼ੈਂਟੇਟਿਵ ਬਣੇ ਹੋਏ ਨੇ ਮੈਂ ਰਿਸਪੈਕਟ ਕਰਦਾ ਸਾਨੂੰ ਬੜਾ ਮਾਣ ਹੁੰਦਾ ਜਦੋਂ ਇਹ ਪ੍ਰਾਪਤੀਆਂ ਕਰਦੇ ਨੇ ਪਰ ਸਾਨੂੰ ਬੁਰਾ ਇਸ ਦੇਖੋ ਇਹਦੇ ਜਿਹੜੇ ਚੰਗੇ ਲਿਖਣ ਵਾਲੇ ਨੇ ਸਾਨੂੰ ਉਹਨਾਂ ਤੇ ਮਾਣ ਹੁੰਦਾ ਪਰ ਉਹਨਾਂ ਨੂੰ ਸੁਣਦੇ ਘਟ ਨਹੀਂ ਹੈ ਹੈਨਾ ਹੁਣ ਸਰਤਾਜ ਹੈ ਹੂੰ ਬਹੁਤ ਕਲੀਨ ਹਮੇਸ਼ਾ ਕਹਿੰਦਾ ਹੂੰ ਹੋਰ ਵੀ ਕਈ ਸਿੰਗਰ ਨੇ ਈਵਨ ਦਲਜੀਤ ਦੋਸਾਂਝ ਵੀ ਇੱਕ ਅੱਦੇ ਦੋ ਚਾਰ ਗਾਣਿਆਂ ਨੂੰ ਛੱਡ ਕੇ ਉਹਨੇ ਬੜਾ ਕਲੀਨ ਹੀ ਆਉਂਦਾ ਹੂੰ ਪਰ ਕਈ ਬਹੁਤ ਹੋਛਾਪਨ ਵੀ ਦਿਖਾ ਰਿਹਾ ਸੋ ਇਹ ਸਾਡਾ ਕਲਚਰ ਨਹੀਂ ਹੈ ਉਹਦਾ ਉਹਦਾ ਨਿੱਤੀ ਗੱਲ ਤਾਂ ਉਸ ਪਾਸੇ ਚਲੇਗੀ ਇਹਨਾਂ ਤੋਂ ਇਨਸਪਾਇਰ ਹੋ ਕੇ ਫਿਰ ਜਿਹੜਾ ਯੂਥ ਹੈ ਜਦੋਂ ਉਹ ਹੈ ਜਿਹਾ ਬਿਹੇਵੀਅਰ ਕਰਦਾ ਉਸ ਤਰ੍ਹਾਂ ਦਾ ਵਰਤੋਂ ਕਰਦਾ ਉਦੇ ਨਾਲ ਅਸੀਂ ਹੋਰ ਬਦਨਾਮ ਹੁੰਨੇ ਸਾਨੂੰ ਇਹਨਾਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਮੈਂ ਤਾਂ ਇਹ ਮੰਨਦਾ ਆਲੇ ਦੁਆਲੇ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਗਏ ਨੇ ਤੇ ਉੱਥੇ ਕੰਮ ਕਰ ਰਹੇ ਨੇ ਤੇ ਆਪਦੀਆਂ ਪ੍ਰਾਪਤੀਆਂ ਕਰ ਰਹੇ ਨੇ ਪਰ ਕੀ ਕੈਨੇਡਾ ਦੇ ਵਿੱਚ ਇਹ ਉਹ ਤਬਕਾ ਜ਼ਿਆਦਾ ਆਇਆ ਬਾਦ ਰਾਈਸ ਵਕਤ ਜ਼ਿਆਦਾ ਇਹ ਇਹ ਮੈਂ ਜਦੋਂ ਹੁਣ ਡੀਸੈਂਟਲੀ ਮੈਂ ਇੰਡੀਆ ਗਿਆ ਨਾ ਮੈਂ ਕਿਸੇ ਬੰਦੇ ਤੋਂ ਇੱਕ ਗੱਲ ਸੁਣੀ ਉਹ ਮੇਰੇ ਦਿਮਾਗ 'ਚ ਅਟਕੀ ਹੋਈ ਆ ਉਹ ਕਹਿੰਦਾ ਜਿੱਥੇ ਤਾਂ ਅਸੀਂ ਥੋੜੀ ਗਿਣਤੀ 'ਚ ਹੁੰਨੇ ਆ ਪੰਜਾਬੀ ਅਸੀਂ ਮਿਨੋਰਟੀ ਹੁੰਨੇ ਆ ਉੱਥੇ ਅਸੀਂ ਬਹੁਤ ਵਧੀਆ ਬਿਹੇਵ ਕਰਦੇ ਆਂ ਉੱਥੇ ਅਸੀਂ ਇਸ ਤਰ੍ਹਾਂ ਦਾ ਸਾਡਾ ਬਿਹੇਵ ਹੋਂਦਾ ਕਿ ਅਸੀਂ ਬਿਹੇਵ ਹੋਂਦਾ ਕਿ ਅਸੀਂ ਆਪਣੀ ਇੱਜ਼ਤ ਬਣਾਦੇ ਹਾਂ ਬਹੁਤ ਅਸੀਂ ਮਿਹਨਤ ਵੀ ਕਰਦੇ ਹਾਂ ਤੇ ਅਸੀਂ ਆਪਣਾ ਨਾਮ ਕਟਦੇ ਹਾਂ ਜਿੱਥੇ ਅਸੀਂ ਇਕੱਠੇ ਹੋ ਕੇ ਬਹੁਤ ਗੰਤੀ ਹੋ ਜਾਈਏ ਉੱਥੇ ਅਸੀਂ ਗਲਤ ਕੰਮ ਕਰਨ ਲੱਗ ਜਾਂਦੇ ਤੇ ਬਦਨਾਮ ਹੋ ਜਾਂਦੇ ਹੂੰ ਹੂੰ ਮੈਨੂੰ ਲੱਗਦਾ ਵੀ ਕੈਨੇਡਾ ਚ ਕਿਉਂਕਿ ਸਾਡਾ ਨੰਬਰ ਜ਼ਿਆਦਾ ਹੋ ਗਿਆ ਖਾਸ ਖਾਸ ਕੇ ਜਿਨ੍ਹਾਂ ਜਿਨ੍ਹਾਂ ਥਾਵਾਂ ਦੇ ਉੱਤੇ ਬ੍ਰੈਮਟਨ ਲਾ ਲਓ ਸਰੀ ਲਾ ਲਓ ਉੱਥੇ ਫਿਰ ਸਾਡਾ ਜਿਹੜਾ ਸਾਡੀਆਂ ਮਾੜੀਆਂ ਆਦਤਾਂ ਨੇ ਨਾ ਉਹ ਇਕੱਠੀਆਂ ਹੋ ਕੇ ਉਹ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਇਸ ਕਰਕੇ ਕੈਨੇਡਾ 'ਚ ਅਸੀਂ ਬਦਨਾਮ ਹੋ ਰਹੇ ਹਾਂ ਕਿਉਂਕਿ ਕੈਨੇਡਾ 'ਚ ਸਾਡਾ ਨੰਬਰ ਜ਼ਿਆਦਾ ਹੋ ਗਿਆ ਉਹ ਕਹਿੰਦੇ ਕਿ ਵੀ ਜੇ ਕੁਝ ਚੰਗਾ ਹੁੰਦਾ ਤਾਂ ਉਹਦੇ ਨਾਲ ਕੁਝ ਮਾੜੇ ਐਲੀਮੈਂਟਸ ਵੀ ਆਉਂਦੇ ਆ ਤੇ ਉਹ 2-4 ਕੁ ਮਾੜੇ ਐਲੀਮੈਂਟਸ 2% ਦੇ ਨੇ ਜਿਹੜੇ ਸਾਰੀ ਕਮਿਊਨਿਟੀ ਨੂੰ ਦੁਨੀਆ ਨੂੰ ਬਦਨਾਮ ਕਰਨ ਲਈ ਤਾਂ 5-7% ਲੋਕ ਹੀ ਚਾਹੀਦੇ ਹੁੰਦੇ ਆ ਹੂੰ ਤੁਹਾਡੇ خیال ਬਾਕੀ ਜਿਹੜੀਆਂ ਕਮਿਊਨਿਟੀਆਂ ਬਦਨਾਮ ਨੇ ਉਹਨਾਂ 'ਚ ਕੁਝ ਸਾਰੇ ਲੋਕ ਥੋੜਾ ਹੋਜੇ ਨੇ ਹੂੰ ਕਿਸੇ ਕਮਿਊਨਿਟੀ ਦੀ ਇੱਜ਼ਤ ਬਣਾਉਣ ਲਈ ਤੇ ਕਿਸੇ ਕਮਿਊਨਿਟੀ ਨੂੰ ਬਦਨਾਮ ਕਰਨ ਲਈ 5% ਲੋਕ ਹੀ ਚਾਹੀਦੇ ਹੁੰਦੇ ਆ ਕਮਿਊਨਿਟੀ ਦੇ ਵਿੱਚ ਇਹ ਜੋ 5% ਦਾ ਇਹ ਹਾਲ ਕਰਨ ਲਈ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ? ਕਮਿਊਨਿਟੀ ਨੂੰ? ਕਮਿਊਨਿਟੀ ਨੂੰ ਹੀ। ਹਾਂ ਬਿਲਕੁਲ। ਤੇ ਤੁਹਾਡਾ ਕੀ ਖਿਆਲ ਹੈ ਜੋ ਕੁਝ ਹੋ ਰਿਹਾ ਤੋਂ ਆਪਾਂ ਆਪਾਂ ਕੋਈ ਫਰੀਆ ਆਪਾਂ ਵੀ ਤਾਂ ਜ਼ਿੰਮੇਵਾਰ ਹਾਂ ਉਹਦੇ ਲਈ ਕਿਉਂਕਿ ਅਸੀਂ ਗੱਲ ਕਰਨ ਤੋਂ ਝਿਜਕਦੇ ਹਾਂ, ਡਰਦੇ ਹਾਂ। ਆ ਅੱਜ ਵੀ ਗੱਲ ਆਪਾਂ ਮੜ ਬਸਾਂ ਸੋਚ-ਸੋਚ ਕੇ ਕੀਤੀ ਹੋਏਗੀ ਕਿ ਕੋਈ ਇਹ ਨਾ ਕਹ ਦੇ ਕਿ ਕੀ ਕਰ ਰਹੇ ਨੇ। ਜਦੋਂ ਜਿਹੜਾ ਇਹ ਸੀ ਡਰਦੇ ਆ, ਦੈਟ ਮੀਨਸ ਅਸੀਂ ਵੀ ਰਿਸਪੌਂਸਿਬਲ ਆ। ਸ਼ੁਕਰੀਆ ਬਹੁਤ-ਬਹੁਤ। ਥੈਂਕ ਯੂ।